ਇਸ ਨੂੰ ਪਤਾ ਧਾਰਮਿਕ ਗਿਆਨੀ ਕੀ ਕਹਿੰਦੇ ਨੇ, ਧਾਰਮਿਕ ਰਿਸ਼ੀ ਹੋਣੇ, ਉਹ ਜਿਹੜੇ ਅਸਾਧ ਰੋਗ ਨੇ ਜਿਹਨੂੰ ਮਿਟਾਉਣ ਦੀ ਕੋਸ਼ਿਸ਼ ਕੀਤੀ ਹੈ, ਮਿਟਿਆ ਨਹੀਂ, ਉਸੇ ਨੇ ਦੂਜਾ ਰੋਗ ਧਾਰਨ। ਅਸਾਧ ਰੋਗ ਨਹੀਂ ਮਿਟਦਾ, ਅਸਾਧ ਰੋਗ ਉਪਜਿਓ ਤਨ ਵੇਤਰ ਤਰਤ ਨਾ ਕਾਹੋਂ ਟਰੇ, ਲੱਖ ਯਤਨ ਕਰ ਨਹੀਂ ਜਾਏਗਾ। ਸੈਂਕੜੇ ਡਾਕਟਰਾਂ ਕੋਲ ਚਲਾ ਜਾ, ਵੈਦਾਂ ਕੋਲ ਚਲਾ ਜਾ, ਹਕੀਮਾਂ ਕੋਲ ਚਲਾ ਜਾ, ਇਸ ਰੋਗ ਵਿੱਚ ਜੀਣਾ ਪੈਦਾ। ਰੋਗ ਕਰਮ ਰੋਗ ਹੈ। ਕਰਮ ਰੋਗ ਕਿਵੇਂ ਪੈਦਾ ਹੋਇਆ? ਖਸਮ ਵਿਸਾਰ ਕੀਏ ਰਸ ਭੋਗ, ਤਾਂ ਤਨ ਉੱਠ ਖਲੋਏ ਰੋਗ। ਪਰਮਾਤਮਾ ਸੱਚ ਹੈ ਤੇ ਸੱਚ ਨੂੰ ਭੁਲਾਇਆ ਤੇ ਝੂਠ ਵਿੱਚ ਜਿਉਂਦਾ ਹੋਵੇਗਾ। ਪਰਮਾਤਮਾ ਮਹਾਨ ਇਮਾਨ ਹੈ ਤੇ ਉਸਨੂੰ ਭੁਲਾਇਆ ਹੋਵੇਗਾ ਤੇ ਬੇਈਮਾਨੀ ਚ ਜਿਉਂਦਾ ਹੋਵੇਗਾ। ਪਰਮਾਤਮਾ ਵਿਨਿਮਰਤਾ ਦੀ ਮੂਰਤੀ, ਉਹਨੂੰ ਭੁਲਾਇਆ ਤਾਂ ਫਿਰ ਅਹੰਕਾਰ ਵਿੱਚ ਜਿਉਂਦਾ ਹੋਵੇਗਾ, ਵਿਕਾਰ ਵਿੱਚ ਜਿਉਂਦਾ ਹੋਵੇਗਾ। ਪਰਮਾਤਮਾ ਸਰਵ ਗੁਣ ਸੰਪੂਰਨ ਹੈ ਤੇ ਕੋਈ ਸ਼ੀਲਵੰਤ ਨਹੀਂ ਦੁਰਾਚਾਰੀ ਹੈ। ਨਿਰੰਕਾਰ ਵਿੱਚ ਨਾ ਜੀ ਕੇ ਦੁਰਾਚਾਰ ਵਿੱਚ ਜਿਉਂਦਾ ਹੋਵੇਗਾ। ਇਸ ਤਰ੍ਹਾਂ ਦੇ ਸਾਰੇ ਔਗਣ ਇੱਕ ਦਿਨ ਸਰੀਰ ਵਿੱਚ ਅਸਾਧ ਰੋਗ ਪੈਦਾ ਕਰਦੇ। ਫਿਰ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ, ਅਸਾਧ ਰੋਗ ਉਪਜਿਓ ਤਨ ਵੇਤਰ ਤਰਤ ਨਾ ਕਾਹੋਂ ਟਰੇ। ਦਸ ਜਿਨ੍ਹਾਂ ਕੋਲ ਗੁਰਬਾਣੀ ਵਿਆਕਰਨ ਪੜਦਾ ਰਿਹਾ ਨਾ, ਉਹ ਥੋੜੀ ਜਿਹੀ ਹਿਕਮਤ ਦਾ ਕੰਮ ਵੀ ਕਰਦੇ ਸਨ, ਵੈਦ ਵੀ ਸਨ, ਕੁਛ ਜੜੀ ਬੂਟੀਆਂ ਦਾ ਵੀ ਗਿਆਨ ਸਨ। ਚੰਗੀ ਤਰ੍ਹਾਂ ਯਾਦ ਹੈ, ਮੈਨੂੰ ਕਹਿੰਦੇ ਸਨ ਕੁਝ ਸਿੱਖ ਲੈ ਤੂੰ ਵੀ। ਮੈਂ ਕਿਹਾ ਮੇਰਾ ਇਸੇ ਸ਼ੌਕ ਨਹੀਂ, ਗੁਰਬਾਣੀ ਵਿਆਕਰਨ ਪੜ੍ਹਨਾ। ਕਹਿਣ ਲੱਗੇ ਨਹੀਂ, ਆਪਣੇ ਵਾਸਤੇ ਕੋਈ ਹੋਰ ਮਜਬੂਰ ਆ ਜਾਂਦਾ। ਮੈਂ ਕਿਹਾ ਮੈਂ ਇਸੇ ਸਿਰ ਖਪਾਈ ਨਹੀਂ ਕਰਨਾ। ਉਹਦੇ ਸੰਖਿਆ ਵੀ ਮਿਲਾਉਣਾ ਪੈਂਦਾ ਸੀ, ਹੋਰ ਸੰਖਿਆ ਮਾਰਨਾ ਵੀ ਪੈਂਦਾ ਸੀ, ਰੱਤੀਆਂ ਮਾਰਨੀਆਂ ਪੈਂਦੀਆਂ, ਪਾਪ ਲੱਗੇ ਰਹਿੰਦੇ ਸਨ। ਮੈਂ ਕਿਹਾ ਇਹ ਝਮੇਲਾ ਮੇਰੇ ਕੋਲ ਨਹੀਂ ਆਉਂਦਾ, ਆਪਾਂ ਗੁਰਬਾਣੀ ਵਾਲੇ ਪਾਸੇ। ਹਕੀਮ ਸਨ, ਗੁਰਬਾਣੀ ਦੇ ਮਹਾਂਪੰਡਿਤ ਸਨ, ਪਰ ਵੈਦ ਵੀ ਸਨ, ਸ਼ੌਕ ਸੀ ਉਹਨਾਂ। ਪਰ ਮੈਂ ਦੇਖ ਕੇ ਹੈਰਾਨ ਹੋ ਜਾਂਦਾ ਸੀ, ਕਿਸੇ ਨੂੰ ਦਵਾਈ ਦਿੰਦੇ ਸਨ, ਕਿਸੇ ਨੂੰ ਬਿਲਕੁਲ ਨਾ ਕਰ ਦਿੰਦੇ ਸਨ, ਕੋਰਾ ਹੀ ਨਾ, ਚਾਹੇ ਤਰਲੇ ਵੀ ਲਵੇ ਨਹੀਂ ਦਿੰਦੇ ਸਨ, ਕਿਉਂਕਿ ਦਿੰਦੇ ਫ੍ਰੀ ਸਨ, ਪਰ ਕਿਸੇ ਨੂੰ ਬਿਲਕੁਲ ਨਾ ਕਰ ਦਿੰਦੇ ਸਨ। ਮੇਰੇ ਕੋਲ ਰਹੀ ਨਹੀਂ ਗੱਲ, ਕਹਿ ਦਿੱਤਾ ਮੈਂ। ਮੈਂ ਕਿਹਾ ਸਮਝ ਨਹੀਂ ਆਈ, ਤੁਸੀਂ ਕਿਉਂ ਵਿਤਕਰਾ ਰੱਖਦੇ ਹੋ? ਤੁਸੀਂ ਸੰਤ ਮਹਾਂਪੁਰਸ਼ ਭੇਦਭਾਵ ਰੱਖਦੇ ਹੋ, ਕਿਸੇ ਨੂੰ ਦਿੰਦੇ ਹੋ, ਕਿਸੇ ਨੂੰ ਨਹੀਂ ਦਿੰਦੇ। ਉਹ ਵੀ ਵਿਚਾਰਾ ਆਇਆ, ਕਹਿੰਦਾ ਮੈਂ ਉਸ ਨੂੰ ਦਿੰਦਾ ਜਿਹੜਾ ਆਹਾਰਕ ਰੋਗੀ ਹੈ, ਵਿਵਹਾਰਕ ਰੋਗੀ ਹੈ, ਕਰਮ ਰੋਗੀ ਨੂੰ ਨਹੀਂ ਦਿੰਦਾ। ਮੇਰੀ ਦਵਾਈ ਨਾਲ ਨਹੀਂ ਠੀਕ ਹੋਇਆ, ਨਹੀਂ ਠੀਕ, ਤੂੰ ਨਹੀਂ ਸਮਝਦਾ। ਮੈਂ ਕਿਹਾ ਸਮਝ ਤੁਹਾਨੂੰ ਆ ਜਾਂਦੀ ਹੈ, ਕਰਮ ਰੋਗੀ ਕਹਿਣਾ। ਹਾਂ, ਇਹ ਉਹਨਾਂ ਦੇ ਦੇਖਣ ਦਾ ਢੰਗ ਸੀ, ਉਹਨਾਂ ਦੀ ਸੋਚ ਸੀ, ਕੁਝ ਗਹਿਰੀ ਦ੍ਰਿਸ਼ ਸੀ। ਇਹ ਕਰਮ ਰੋਗ ਹੈ, ਨਹੀਂ ਠੀਕ ਹੋਏਗਾ, ਸੈਂਕੜੇ ਹਕੀਮਾਂ ਕੋਲ ਚਲਾ ਜਾਏ, ਸੈਂਕੜੇ ਡਾਕਟਰਾਂ ਕੋਲ ਚਲਾ ਜਾਏ। ਔਰ ਉਹਨਾਂ ਨੇ ਇਹ ਪੰਕਤੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ
ਮੈਨੂੰ ਸੁਣਾਈ, ਗਾਲਵਨ ਗੌੜੀ ਰਾਗ ਦੇ ਚ ਹੈ। ਅਸਾਧ ਰੋਗ ਉਪਜੇਵ ਤਨ ਭੀਤਰ ਕਰਤ ਨਾ ਕਾਹੂ। ਐਸਾ ਅਸਾਧ ਰੋਗ ਪੈਦਾ ਹੋਇਆ, ਲੱਖ ਔਸ਼ਧੀਆਂ ਕਰ ਲੈ, ਲੱਖ ਵੈਦਾਂ ਕੋਲ ਚਲਾ ਜਾ, ਨਹੀਂ ਠੀਕ ਹੋਏਗਾ। ਫਿਰ ਮੈਂ ਆਪਣੀ ਜ਼ਿੰਦਗੀ 'ਚ ਦੇਖੇ ਨੇ, ਉਹ ਰੋਗੀ ਨਹੀਂ ਠੀਕ ਹੁੰਦਾ, ਲੱਖਾਂ ਜਹਾਂ 'ਤੇ ਟੱਕਰਾਂ ਮਾਰ ਦੇਣ, ਲੱਖਾਂ ਰੁਪਏ ਖਰਚ ਵੀ ਕਰ ਦੇਣ, ਨਹੀਂ ਠੀਕ ਹੁੰਦੇ। ਔਰ ਇਸ ਤਰ੍ਹਾਂ ਦੇ ਇੱਕ ਨਹੀਂ, ਬੇਸ਼ਤਰ ਮੇਰੇ ਸਾਹਮਣੇ ਨੇ। ਬਹੁਤਿਆਂ ਨੂੰ ਮੈਂ ਦੇਖਿਆ, ਬਹੁਤੇ ਨਿਕਟਵਰਤੀ ਸਨ। ਅਸਾਧ ਰੋਗ ਉਪਜੋ ਤਨ ਬਿਹਤਰ ਟਰਤ ਨਾ ਕਾਹੂ ਟਰੇ। ਇਹ ਕਿਉਂ ਪੈਦਾ ਹੋ ਜਾਂਦਾ ਹੈ ਅਸਾਧ ਰੋਗ? ਖਸਮ ਵਿਸਾਰ ਕੀਏ ਰਸ ਭੋਗ, ਤਾਂ ਤਨ ਉੱਠ ਖਲੋਏ ਰੁੱਖ। ਸੱਚ ਨੂੰ ਭੁਲਾਇਆ ਤਾਂ ਫਿਰ ਝੂਠ ਵਿੱਚ ਜਿਉਂਦਾ ਹੋਵੇਗਾ, ਗੁਣਾਂ ਦੇ ਸਾਗਰ ਨੂੰ ਭੁਲਾਇਆ ਤੇ ਔਗੁਣਾਂ ਵਿੱਚ ਜਿਉਂਦਾ ਹੋਵੇਗਾ। ਲੰਬੇ ਸਮੇਂ ਤੱਕ ਜਿਉਂਦਾ ਰਿਹਾ ਤਾਂ ਅਸਾਧ ਰੋਗ ਪੈਦਾ ਹੋ ਜਾਏ। ਇਹ ਵੀ ਮੈਂ ਅਰਜ਼ ਕਰ ਦੇਣਾ। ਐਵੇਂ ਨਹੀਂ ਕਹਿ ਦਿੱਤਾ ਗੁਰੂ ਅਰਜਨ ਦੇਵ ਜੀ ਨੇ 12 ਮਾਹ ਵਿੱਚ ਵੀ, ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ। ਬੇਸ਼ੁਮਾਰ ਰੋਗ ਪੈਦਾ ਹੋਣਗੇ, ਪਹਿਲੇ ਆਹਾਰਕ ਵਿਵਹਾਰਕ, ਫਿਰ ਕਿਸੇ ਦਿਨ ਕਰਮ ਰੋਗ ਪੈਦਾ ਹੋ ਜਾਵੇਗਾ, ਜਿਸ ਦਾ ਕੋਈ ਇਲਾਜ ਕਤਈ ਇਲਾਜ ਉਸ ਦੇ ਚ ਜੀਵਣਾ ਪਏਗਾ। ਤਾਂ ਮੈਂ ਅਰਜ਼ ਕਰਾਂ, ਹਰ ਪਾਸੇ ਮਨੁੱਖ ਦੀ ਸੁੱਖ ਦੀ ਤਲਾਸ਼ ਹੈ, ਅਸਾਧ ਰੋਗ ਵਿੱਚ ਫਸ ਗਿਆ, ਫਿਰ ਬੰਦਾ ਕਹਿੰਦਾ ਦਿਲੋਂ ਮੌਤ ਹੀ ਆ ਜਾਏ। ਯਕੀਨ ਜਾਣੋ ਮੈਂ ਸੁਣਿਆ, ਮੈਨੂੰ ਤੇ ਇੱਕ ਨੇ ਕਿਹਾ, ਗਿਆਨੀ ਜੀ ਅਰਦਾਸ ਕਰੋ ਦਿੱਲੀ ਵਿੱਚ। ਮੈਂ ਕੀ ਅਰਦਾਸ ਕਰੀਏ? ਮੌਤ ਆ ਜਾਏ, ਇਸ ਰੋਗ ਵਿੱਚ ਮੈਂ ਨਹੀਂ ਜੀਵਣਾ, ਸਾਰੀ ਜ਼ਿੰਦਗੀ ਮੈਂ ਇਸ ਰੋਗ ਵਿੱਚ ਨਹੀਂ ਜੀਵਣਾ। ਤਨ ਤੋਂ ਦੁੱਖ ਮਿਲ ਰਿਹਾ, ਪੀੜਾ ਮਿਲ ਰਹੀ ਹੈ ਰੋਜ਼ ਰੋਜ਼। ਮਨੁੱਖ ਇਸ ਤਨ ਨੂੰ ਵੀ ਤਿਆਗਣ ਦੀ ਸੋਚ ਲੈਂਦਾ, ਕਈ ਖੁਦਕਸ਼ੀ ਵੀ ਕਰ ਲੈਂਦੇ ਨੇ, ਆਤਮ ਹੱਤਿਆ ਵੀ ਕਰ ਲੈਂਦੇ ਨੇ, ਸੁਸਾਈਡ ਵੀ ਕਰ ਲੈਂਦੇ। ਹੁਣ ਹੈਰਾਨਗੀ, ਕੋਈ ਮਿੱਤਰ ਦਾ ਤਿਆਗੀ, ਕੋਈ ਪੁੱਤਰ ਦਾ ਤਿਆਗੀ, ਕੋਈ ਪਤਨੀ ਦਾ ਤਿਆਗੀ, ਕੋਈ ਪਤੀ ਦਾ ਤਿਆਗੀ, ਕੋਈ ਆਪਣੀ ਜ਼ਿੰਦਗੀ ਦਾ ਤਿਆਗੀ। ਦਰਅਸਲ ਇਹ ਦੁੱਖ ਦਾ ਤਿਆਗ ਹੈ। ਮੈਂ ਫਿਰ ਦੁਹਰਾਵਾਂ, ਮਨੁੱਖ ਨੂੰ ਮਿੱਤਰ ਨਹੀਂ ਚਾਹੀਦਾ, ਸੁੱਖ ਚਾਹੀਦਾ। ਮਨੁੱਖ ਨੂੰ ਵਿਰਾਹ ਨਹੀਂ ਚਾਹੀਦਾ, ਸੁੱਖ ਚਾਹੀਦਾ। ਮਨੁੱਖ ਨੂੰ ਪਤਨੀ ਨਹੀਂ ਚਾਹੀਦੀ, ਸੁੱਖ ਚਾਹੀਦਾ। ਮਨੁੱਖ ਨੂੰ ਪਤੀ ਨਹੀਂ ਚਾਹੀਦਾ, ਸੁੱਖ ਚਾਹੀਦਾ। ਮਨੁੱਖ ਨੂੰ ਜ਼ਿੰਦਗੀ ਵੀ ਨਹੀਂ ਚਾਹੀਦੀ, ਸੁੱਖ ਚਾਹੀਦਾ। ਪੀੜਾ ਮਿਲੇ, ਰੋਜ਼ ਰੋਜ਼ ਦੁੱਖ ਮਿਲੇ, ਯਕੀਨ ਜਾਣੋ ਤਿਆਗਦਿਆਂ ਦੇਰ ਨਹੀਂ ਲੱਗੇਗੀ, ਦੋਸਤੀ ਦੁਸ਼ਮਣੀ 'ਚ ਬਦਲ ਜਾਏਗੀ, ਰਿਸ਼ਤਿਆਂ 'ਚ ਦਰਾੜ ਪੈਦਾ ਹੋ ਜਾਏਗੀ। ਔਰ ਲਗਾਤਾਰ ਪੀੜਾ ਵਿੱਚ ਰਹਿ ਰਿਹਾ ਤੇ ਆਤਮ ਹੱਤਿਆ ਦੀ ਵੀ ਸੋਚੇਗਾ, ਭਾਵੇਂ ਨਾ ਕਰੇ, ਆਤਮ ਹੱਤਿਆ ਦੀ ਵੀ ਸੋਚੇਗਾ। ਸਾਰੀ ਦੁਨੀਆਂ 'ਚ ਲੋਕੀ ਖੁਦਕਸ਼ੀ ਕਰਦੇ ਨੇ, ਆਤਮ ਹੱਤਿਆ ਕਰਦੇ। ਸੁੱਖ ਦਾ ਮਾਰਗ ਕੀ ਹੈ, ਕਿੱਥੋਂ ਪ੍ਰਾਪਤ ਕਰੀਏ? ਕਿਉਂਕਿ ਜਿਸ ਜਿਸ ਦੇ 'ਚ ਅਸੀਂ ਸੁੱਖ ਦੀ ਕਲਪਨਾ ਕਰਦੇ ਹਾਂ, ਇੱਥੋਂ ਮਿਲੇਗਾ, ਉੱਥੋਂ ਮਿਲੇਗਾ, ਦੇਖਿਆ ਉਹ ਮਿਲ ਤੇ ਗਿਆ ਪਰ ਸੁੱਖ ਨਹੀਂ ਮਿਲਿਆ।
ਜਿਸ ਦੀ ਔਲਾਦ ਨਹੀਂ ਉਹ ਕਹਿੰਦਾ ਇੱਕ ਪੁੱਤਰ ਹੋ ਜਾਏ ਮੈਂ ਬੜਾ ਆਨੰਦਿਤ ਹੋਵਾਂਗਾ, ਪਰ ਜਿਨ੍ਹਾਂ ਦੇ ਚਾਰ ਚਾਰ ਨੇ ਉਹਨਾਂ ਨੂੰ ਆਨੰਦ ਨਹੀਂ, ਤੈਨੂੰ ਖਾਕ ਆਨੰਦ ਮਿਲਣਾ, ਕਿਹੜੇ ਚੱਕਰਾਂ ਚ ਪੈਣ ਖਿਆਲ ਹੈ ਉਸਦਾ। ਜਿੰਨੇ ਚਿਰ ਮਿਲਿਆ ਨਹੀਂ ਉਨੇ ਚਿਰ ਤੱਕ ਸੁੱਖ ਦੀ ਕਲਪਨਾ ਜੁੜੀ ਹੋਈ ਹੈ, ਮਿਲ ਗਿਆ ਸੁੱਖ ਨੇ, ਬਲਕਿ ਕਈ ਦਫਾ ਦੁੱਖ ਮਿਲਦਾ। ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਨੇ ਸੁੱਖ ਕੇ ਹੇਠ ਬਹੁਤ ਦੁੱਖ ਪਾਵਤ, ਸੇਵ ਕਰਤ ਜਨ ਜਨ ਕੇ ਦੁਆਰੇ ਦੁਆਰ ਸਵਾਨ ਜਿਉ ਡੋਲਤ, ਨੈ ਸੁਦ ਰਾਮ ਭਜਨ ਕੇ ਮਾਨਸ ਜਨਮ ਅਕਾਰਤ ਖੋਵਤ, ਲਾਜ ਨਾ ਲੋਕ ਹਸਨ ਕੀ ਨਾਨਕ ਹਰ ਜਸ ਕਿਉ ਨਹੀਂ ਗਾਵਤ, ਕੁਮਤ ਬਿਨਾਸੇ ਤਨ ਕੀ। ਕਿਹੜੇ ਚੱਕਰਾਂ ਚ ਪਿਆ, ਸੁੱਖ ਕਿਧਰੋਂ ਵੀ ਨਹੀਂ ਮਿਲੇਗਾ, ਤੇਰੀ ਲੋੜਾਂ ਦੀ ਪੂਰਤੀ ਹੋ ਸਕਦੀ, ਮਿੱਤਰ ਮਿਲ ਸਕਦਾ ਤੇਰੀ ਲੋੜਾਂ ਦੀ ਪੂਰਤੀ ਹੋ ਸਕਦੀ ਹੈ, ਪਤਨੀ ਮਿਲ ਗਈ ਹੈ ਪਤੀ ਮਿਲ ਗਿਆ ਕੋਈ ਲੋੜਾਂ ਦੀ ਪੂਰਤੀ ਹੋ ਸਕਦੀ, ਪੁੱਤਰ ਮਿਲ ਗਿਆ ਧਨ ਸੰਪਦਾ ਮਿਲ ਗਈ ਹੈ ਲੋੜਾਂ ਦੀ ਪੂਰਤੀ ਹੋ ਸਕਦੀ, ਸੁੱਖ ਨਹੀਂ ਮਿਲ ਸਕਦਾ। ਨਹੀਂ ਤੇ ਹਰ ਪੁੱਤਰ ਵਾਲਾ ਸੁਖੀ ਹੋਵੇ, ਹਰ ਮਿੱਤਰਾਂ ਵਾਲਾ ਮਨੁੱਖ ਸੁਖੀ ਹੋਵੇ, ਹਰ ਪਤਨੀ ਵਾਲਾ ਜਾਂ ਹਰ ਪਤਨੀ ਪਤੀ ਵਾਲੀ ਸੁਖੀ ਹੋਣੀ ਚਾਹੀਦੀ ਹੈ, ਜਗਤ ਦੇ ਵਿੱਚ ਸੁੱਖ ਨਹੀਂ ਦਿਖਾਈ ਦਿੰਦਾ। ਜਿੰਨੇ ਚਿਰ ਤੱਕ ਮਿਲਿਆ ਨਹੀਂ ਜਿਹਦੀ ਮੰਗ ਕੀਤੀ ਜਾ ਰਹੀ ਹੈ, ਮਨੁੱਖ ਨੇ ਸੁੱਖ ਨਿਰੂਪਣ ਕੀਤਾ ਹੋਇਆ, ਮਿਲਦੇ ਹੀ ਸੁੱਖ ਨੇ, ਲੋੜਾਂ ਦੀ ਪੂਰਤੀ ਹੁੰਦੀ, ਫਿਰ ਸੁੱਖ ਕਿੱਥੋਂ ਮਿਲੇਗਾ। ਗੁਰੂ ਅਰਜਨ ਦੇਵ ਜੀ ਮਹਾਰਾਜ ਇਸ ਸਲੋਕ ਵਿੱਚ ਦੱਸਦੇ ਨੇ ਬਚਨ ਸਾਧ ਸੁਖ ਬੰਤਾ ਲਹੰਤਾ ਬੜ ਕਰਮਨ। ਗੁਰੂ ਦਾ ਵਚਨ, ਪਰਮ ਪੁਰਖ ਦਾ ਵਚਨ ਸੁਖ ਦਾ ਮਾਰਗ ਹੈ, ਇਹੀ ਸੁਖ ਦਾ ਰਸਤਾ, ਇਹ ਵਚਨ ਹੀ ਸੁਖ ਨਾਲ ਜੋੜਦਾ, ਇਹ ਬੋਲ ਹੀ ਸੁਖ ਦੀ ਪ੍ਰਾਪਤੀ ਕਰਾ ਦਿੰਦੇ ਨੇ। ਪਰ ਲਹੰਤਾ ਬੜ ਕਰਮਨ ਹੈ, ਜੈਸੇ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਦਾਨੰ ਪਰਾ ਪੂਰਬੈਣ ਭੁਜੰਤੇ ਮਹੀ ਪਤੇ, ਪੂਰਵਲਾ ਕੀਤਾ ਹੋਇਆ ਦਾਨ, ਪੂਰਬ ਤੋਂ ਮੁਰਾਦ ਹੈ ਹੁਣ ਤੋਂ ਪਹਿਲੇ, ਕੱਲ੍ਹ ਵੀ ਪੂਰਬ ਹੈ, ਇੱਕ ਸਾਲ ਪਹਿਲੇ ਵੀ ਪੂਰਬ ਹੈ, 10 ਸਾਲ ਪਹਿਲੇ ਵੀ ਪੂਰਬ ਹੈ, ਇੱਕ ਜਨਮ ਪਹਿਲੇ ਵੀ ਪੂਰਬ ਹੈ। ਬੀਜੇ ਹੋਏ ਬੀਜ ਫਲ ਤੱਕ ਆਪਣਨ ਲਈ ਸਮਾਂ ਤੇ ਪੰਥ ਚਾਹੁੰਦੇ ਨਾ। ਦਾਨੰ ਪਰਾ ਪੂਰਬੈਣ ਭੁਜੰਤੇ ਮਹੀ ਪਤੇ, ਇੱਕ ਥੋੜੀ ਮਿਹਨਤ ਕਰਦਾ ਹੈ ਬਹੁਤ ਧਨ ਮਿਲ ਜਾਂਦਾ ਹੈ, ਇੱਕ ਖੂਨ ਪਸੀਨਾ ਇੱਕ ਕਰ ਦਿੰਦਾ ਹੈ ਤਾਂ ਵੀ ਤਰ੍ਹਾਂ ਨਹੀਂ ਪ੍ਰਾਪਤ ਹੁੰਦਾ। ਕਈ ਕੋਟ ਖਾ ਲੇ ਥੱਕ ਪਾਏ, ਕਈ ਕੋਟ ਬੈਠਤ ਹੀ ਖਾਏ, ਇੱਕ ਨੇ ਥੋੜੀ ਮਿਹਨਤ ਕੀਤੀ ਭਾਗ ਬਹੁਤਾ ਲੱਗ ਗਿਆ, ਇੱਕ ਨੇ ਬਥੇਰੀ ਟਕਰਾਂ ਮਾਰੀਆਂ ਤੇ ਕੁਛ ਵੀ ਨਹੀਂ ਇਤਨਾ। ਪਤਾ ਕਿਉਂ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਦਾਨੰਗ ਪਰਾ ਪੁਰਬੈਣ, ਇਹ ਪੁਰਬਲਾ ਕੀਤਾ ਹੋਇਆ ਦਾਨ ਸੀ, ਧਨ ਦਾਨ ਕੀਤਾ ਸੀ ਧਨ ਮਿਲ ਗਿਆ, ਪਰ ਜੇ ਪ੍ਰਭੂ ਦਾ ਨਾਮ ਜਪਿਆ ਤੇ ਫਿਰ ਸਭ ਕੁਛ ਮਿਲ ਜਾਂਦਾ। ਦਾਨੀ ਨੂੰ ਕੇਵਲ ਧਨ ਹੀ ਮਿਲੇਗਾ, ਬਹੁਤਾ ਧਨਾੜ ਹੋ ਗਿਆ, ਸੋ ਥੋੜੀ ਮਿਹਨਤ ਕਰਦਾ ਬਹੁਤਾ ਕੁਝ ਮਿਲ ਜਾਂਦਾ, ਲੇਕਿਨ ਸੁੱਖ ਤੇ ਨਹੀਂ ਮਿਲੇਗਾ, ਲੋੜਾਂ ਦੀ ਪੂਰਤੀ ਹੋ ਜਾਏਗੀ ਜਰਾ ਢੰਗ ਨਾਲ ਹੋ ਜਾਏ। ਅਗਰ ਵਾਕਈ ਧਨ ਤੋਂ ਵੀ ਸੁੱਖ ਮਿਲਦਾ ਹੈ, ਫਿਰ ਧਰਮ ਮੰਦਰਾਂ ਦੀ ਲੋੜ ਨਹੀਂ ਸੀ, ਇਬਾਦਤ ਦੀ ਲੋੜ ਨਹੀਂ ਸੀ, ਹਰ ਧਨਵਾਨ ਸੁਖੀ ਚਾਹੀਦਾ ਸੀ,
ਪਰ ਧਨ ਵੀ ਮਿਲਦਾ ਹੈ ਦਾਨ ਕਰਨ ਨਾਲ, ਮਹਾ ਆਨੰਦ ਤੇ ਰਸ ਮਿਲਦਾ ਹੈ ਨਾਮ ਜਪਣ ਨਾਲ। ਬਚਨ ਸਾਧ ਸੁਖ ਪੰਥਾ ਲਹੰਤਾ ਬੜ ਕਰਮਣ ਹੈ ਕੋਈ ਉੱਚੀ ਪ੍ਰਾਲਬਧ ਹੋਵੇ, ਕੋਈ ਪੁਰਬਲਾ ਬੀਜਿਆ ਦਾ ਬੀਜ ਹੋਵੇ, ਇਹਨਾਂ ਬਚਨਾਂ ਦੀ ਸ਼ਰਧਾ ਪੈਦਾ ਹੁੰਦੀ ਹੈ। ਬਚਨ ਸੁਣਨ ਨੂੰ ਮਿਲਦੇ, ਜ਼ਰੂਰ ਕੋਈ ਤੁਹਾਡੇ ਪੁਰਬਲੇ ਬੀਜੇ ਬੀਜ ਨੇ, ਤੁਸੀਂ ਸਤਸੰਗ ਦਾ ਪਿਆਸ ਰੱਖਦੇ ਹੋ, ਤੜਪ ਰੱਖਦੇ ਹੋ, ਇਹ ਪੁਰਬਲੇ ਬੀਜਾਂ ਤੋਂ ਬਿਨਾਂ ਨਹੀਂ ਆਉਂਦੀ। ਹਰ ਕੀਰਤ ਸਾਧ ਸੰਗਤ ਹੈ ਸਿਰ ਕਰ ਮਨ ਕੇ ਕਰਮਾ ਕਹੋ ਨਾਨਕ ਤਿਸ ਭਾਇਓ ਪ੍ਰਾਪਤ ਜਿਸ ਪੁਰਬ ਲਿਖੇ ਕਾ ਲੈ। ਕੱਲ ਦਾ ਕੁਝ ਬੀਜਿਆ ਹੋਇਆ, ਕੁਝ ਥੋੜਾ ਬਹੁਤ ਕੀਤਾ ਹੈ, ਸਤਸੰਗ ਨਸੀਬ ਹੋ ਗਿਆ। ਬਚਨ ਸਾਧ ਸੁਖ ਪੰਥਾ ਲਹੰਤਾ ਵੜ ਕਰਮਣੇ ਰਹੰਤਾ ਜਨਮ ਮਰਣੇ ਨਾਨਕ ਹਰ ਬਾਣੇ ਪਰਹਾਰਣ। ਉਹ ਜਨਮ ਮਰਨ ਤੋਂ ਰਹਿਤ ਹੋ ਜਾਏਗਾ, ਹਰੀ ਦੇ ਬਾਣ ਨਾਲ ਪ੍ਰਭੂ ਦੇ ਨਾਮ ਜਪਦਿਆਂ ਜਪਦਿਆਂ ਜਨਮ ਮਰਨ ਦੇ ਦੁੱਖ ਨੂੰ ਮਿਟਾ ਦੇਗਾ, ਨਾਸ ਕਰ ਦੇਗਾ। ਅਗਲਾ ਸਲੋਕ ਸਰਵਨ ਕਰ ਲਓ, ਕਿਉਂਕਿ ਦੋ ਤਿੰਨ ਦਿਨ ਰਹਿੰਦੇ ਨੇ ਤਾਂ ਮੈਂ ਚਾਹੁੰਦਾ ਗਾਥਾ ਨਾਮਕ ਬਾਣੀ ਪੂਰੀ ਕਰਦਾ। ਇੱਕ ਇੱਕ ਸਲੋਕ ਬੜਾ ਕੀਮਤੀ, ਇੱਕ ਇੱਕ ਸਲੋਕ ਦੇ ਵਿੱਚ ਬੜੀ ਗਹਿਰੀ ਗੱਲ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿ ਰਹੇ ਨੇ। ਅਗਲਾ ਸਰਵਨ ਕਰੋ। ਹਾਂਜੀ, ਪੱਥਰ ਬੁਰਜੇਣ ਜੜੀਅੰ ਨੈ ਜੜੀਅੰ ਪੇੜ ਸੰਪਤਾ ਨਾਮ ਬਿਹੋਨ ਬਿਖਮਤਾ ਨਾਨਕ ਬਹੰਤ ਜੋਨ ਬਾਸਰੋ ਰੈਣੀ। ਪਤਝੜ ਦੀ ਰੁੱਤ ਦੇ ਵਿੱਚ ਧੰਨ ਗੁਰਦੇਵ ਜੀ ਮਹਾਰਾਜ ਉਦਾਹਰਣ ਦਿੰਦੇ ਨੇ, ਪਤਝੜ ਦੀ ਰੁੱਤ ਜਦ ਦਰਖਤਾਂ ਦੇ ਪੱਤੇ ਜੜਦੇ ਨੇ ਉਹਨੂੰ ਮੌਸਮੇ ਖਿਜ਼ਾਂ ਵੀ ਕਹਿੰਦੇ। ਭਾਰਤ ਦੇਸ਼ ਤੇ ਹਰ 2 ਮਹੀਨਿਆਂ ਬਾਅਦ ਰੁੱਤ ਬਦਲਦੀ ਹੈ, 6 ਰੁੱਤਾਂ ਆਉਂਦੀਆਂ ਨੇ, ਉਹਨਾਂ ਵਿੱਚ ਇੱਕ ਰੁੱਤ ਪਤਝੜ ਦੀ, ਮੌਸਮੇ ਖਿਜ਼ਾਂ। ਦਰਖਤਾਂ ਦੇ ਸਾਰੇ ਪੱਤੇ ਜੜਦੇ ਨੇ, ਉਦਾਹਰਣ ਦੇ ਰਹੇ ਨੇ ਮੇਰੇ ਪਾਤਸ਼ਾਹ। ਪੱਤਰ ਬੁਰਜੇਣ ਜਦ ਪਤਝੜ ਦੀ ਰੁੱਤ ਆਉਂਦੀ ਹੈ ਤੇ ਦਰਖਤਾਂ ਤੋਂ ਪੱਤੇ ਝੜਦੇ ਨੇ, ਪੱਤਰ ਬੁਰਜੇਣ ਝੜੀਆਂ ਨਹਿ ਜੜੀਆਂ ਫਿਰ ਨਹੀਂ ਜੁੜਦੇ। ਲੱਖ ਵੀ ਕੋਸ਼ਿਸ਼ ਕਰੀਏ ਉਸ ਪੱਤੇ ਨੂੰ ਜੋੜਨ ਦੀ ਨਹੀਂ ਜੁੜਦਾ। ਇੱਕ ਛੋਟੀ ਕਥਾ ਵੀ ਮੈਨੂੰ ਯਾਦ ਆਈ, ਮਹਾਤਮਾ ਬੁੱਧ ਦੇ ਸਮੇਂ ਇੱਕ ਬੜਾ ਪ੍ਰਬਲ ਕਾਤਲ ਹੋਇਆ, ਉਹਦਾ ਨਾਂ ਉਂਗਲੀ ਮਾਲ ਪੈ ਗਿਆ ਸੀ। ਪਤਾ ਹੈ ਕਿਉਂ? ਉਹਨੇ ਕਿਹਾ ਸੀ, ਜਿੰਨੇ ਚਿਰ ਤੱਕ 1000 ਉਂਗਲੀਆਂ ਦੀ ਮਾਲਾ ਮੈਂ ਗਲ ਦੇ 'ਚ ਨਹੀਂ ਪਾਉਣੀ ਮੈਂ ਚੈਨ ਨਾਲ ਨਹੀਂ ਬੈਠਾ। ਪਹਿਲੇ ਸੰਨਿਆਸੀ ਸੀ, ਇੱਕ ਧਾਰਮਿਕ ਵਿਦਿਆਲੇ 'ਚ ਪੜ੍ਹਦਾ ਸੀ, ਪਰ ਕਿਸੇ ਨੇ ਝੂਠਾ ਇਲਜ਼ਾਮ ਲਾ ਦਿੱਤਾ। ਉਸ ਝੂਠੇ ਇਲਜ਼ਾਮ ਕਰਕੇ ਆਸ਼ਰਮ 'ਚੋਂ ਕੱਢ ਦਿੱਤਾ ਗਿਆ। ਆਸ਼ਰਮ ਦੇ ਮੁਖੀ ਨੇ ਵੀ ਉਸਨੂੰ ਸਜ਼ਾ ਦਿੱਤੀ। ਬਦਲੇ ਦੀ ਭਾਵਨਾ ਪੈਦਾ, ਬੇਕਸੂਰ, ਇਤਨਾ ਹਿਰਦਾ ਚੋਟ ਖਾ ਗਿਆ, ਮਨੁੱਖਾਂ ਦਾ ਦੁਸ਼ਮਣ ਹੋ ਗਿਆ ਵੀ ਸੰਸਾਰ ਵਿੱਚ ਕੋਈ ਮਨੁੱਖ ਆਪਣਾ ਨਹੀਂ।
ਤੇ ਕਸਮ ਖਾ ਲਈ ਕਿਧਰੇ ਹੈਗਾ ਬ੍ਰਾਹਮਣ ਸੀ ਕਸਮ ਖਾ ਲਈ ਮੈਂ ਗਲੇ ਵਿੱਚ 1000 ਉਂਗਲੀਆਂ ਦੀ ਮਾਲਾ ਪਾਣੀ ਉਹਦਾ ਨਾਂ ਉਂਗਲੀ ਮਾਲ ਪੈ ਗਿਆ ਹੁਣ ਕਿੰਨੇ ਬੰਦੇ ਮਾਰੇਗਾ ਹੱਥਾਂ ਦੀਆਂ ਉਂਗਲੀਆਂ ਮਸ਼ਹੂਰ ਹੋ ਗਿਆ ਸੀ ਜਿੱਧਰ ਉਹ ਰਹਿੰਦਾ ਸੀ ਪਹਾੜ ਦੀ ਇੱਕ ਤਲਹਟੀ ਦੇ ਵਿੱਚ ਲੋਕਾਂ ਨੇ ਲੰਘਣਾ ਛੱਡ ਦਿੱਤਾ ਸੀ ਮੈਂ ਸੰਖੇਪ ਵਿੱਚ ਅਰਜ਼ ਕਰ ਰਿਹਾ ਅੱਜ ਵਕਤ ਦਾ ਇੱਕ ਮਹਾਨ ਸੰਤ ਮਹਾਤਮਾ ਬੁੱਧ ਉੱਥੋਂ ਲੰਘਿਆ ਐਵੇਂ ਨਹੀਂ ਗੁਰੂ ਨਾਨਕ ਨੇ ਭਰਮਣ ਕੀਤਾ ਭਰਮਣ ਕਰਦੇ ਕੌਡਾ ਰਾਕਸ਼ਸ ਮਰਦਾਨਾ ਰੋਕਦਾ ਰਿਹਾ ਮਹਾਰਾਜ ਲੋਕੀ ਕਹਿੰਦੇ ਨੇ ਦੇ ਰਾਕਸ਼ਸ ਰਹਿੰਦਾ ਫਿਰ ਵੀ ਗਏ ਇਸ ਤਰ੍ਹਾਂ ਦੇ ਪੁਰਸ਼ ਰੋਗੀਆਂ ਨੂੰ ਲੱਭਦੇ ਨੇ ਰੋਗੀ ਕੋਲ ਹੀ ਤੇ ਜਾਣਾ ਹੁੰਦਾ ਜਦ ਕੋਈ ਕਹਿੰਦੇ ਨੇ ਭੌਤਿਕਵਾਦ ਦਾ ਯੁੱਗ ਹੈ ਇਤਨਾ ਔਰ ਇਤਨੀ ਮਸਰੂਫੀਅਤ ਹੈ ਔਰ ਇਤਨਾ ਭੌਤਿਕਵਾਦ ਹੈ ਅੱਜ ਦੇ ਸਮੇਂ 'ਚ ਇਸ ਨਾਮ ਦੀ ਕੀ ਲੋੜ ਹੈ ਕੌਣ ਦੱਸੇ ਬਿਮਾਰ ਨੂੰ ਵੀ ਤੇ ਦਵਾਈ ਦੀ ਲੋੜ ਹੈ ਆਖਿਰ ਬਿਮਾਰ ਨੂੰ ਵੀ ਤੇ ਔਸ਼ਧੀ ਦੀ ਲੋੜ ਹੈ ਮਹਾਤਮਾ ਬੁੱਧ ਨੂੰ ਪਿੰਡ ਵਾਸੀਆਂ ਨੇ ਰੋਕਿਆ ਉਸ ਪਾਸੇ ਨਾ ਜਾਓ ਉਹ ਸਾਹਮਣੇ ਪਹਾੜ ਦੀ ਤਲਹਟੀ 'ਚ ਮਹਾਨ ਕਾਤਲ ਰਹਿੰਦਾ ਹੈ ਦਰਜਨਾਂ ਬੰਦੇ ਮਾਰ ਚੁੱਕੇ ਹੈ ਗਲੇ ਵਿੱਚ ਮਾਲਾ ਪਾਈ ਹੋਈ ਹੈ ਉਂਗਲੀਆਂ ਦੀ ਤੁਹਾਨੂੰ ਵੀ ਮਾਰ ਦੇਗਾ ਵੱਡੀਆਂ ਉਂਗਲੀਆਂ ਵੀ ਕੱਟ ਕੇ ਗਲੇ 'ਚ ਮਾਲਾ ਪਾਏਗਾ ਨਹੀਂ ਰੋਕੇ ਮਹਾਤਮਾ ਬੁੱਧ ਇਕੱਲੇ ਸਨ ਚੱਲਦੇ ਗਏ ਚੱਲਦੇ ਗਏ ਸਾਹਮਣੇ ਬੈਠਾ ਦਿਖਾਈ ਦਿੱਤਾ ਪੱਥਰ ਤੇ ਸਰਦੀਆਂ ਦੇ ਦਿਨ ਸਨ ਧੁੱਪ ਪਿਆ ਸੇਕੇ ਉਹ ਅੰਦਰ ਸੋਚਣ ਲੱਗ ਪਿਆ ਉਂਗਲੀ ਮਾਲ ਇਸ ਵਿਚਾਰੇ ਸਾਧੂ ਨੂੰ ਪਤਾ ਨਹੀਂ ਹੁਣ ਸਾਧੂ ਦਾ ਲਿਬਾਸ ਸੀ ਮਹਾਤਮਾ ਬੁੱਧ ਦੇ ਪੀਲੇ ਕੱਪੜੇ ਸਨ ਸੰਤ ਨੂੰ ਪਤਾ ਨਹੀਂ ਤੇ ਸੰਤਾਂ ਦਾ ਖਾਸ ਕਰਕੇ ਵੈਰੀ ਹੋ ਗਿਆ ਸੀ ਕਿਉਂਕਿ ਆਸ਼ਰਮ ਚੋਂ ਕੱਢਿਆ ਗਿਆ ਸੀ ਤੇ ਆਸ਼ਰਮ ਦੇ ਸਾਰੇ ਵਿਦਿਆਰਥੀ ਭਗਵਾ ਬੇਸ ਪਹਿਨ ਕੇ ਪੜ੍ਹਦੇ ਸਨ ਇਲਜ਼ਾਮ ਝੂਠਾ ਲੱਗਿਆ ਪਹਿਲੇ ਇਲਜ਼ਾਮ ਕਰਕੇ ਆਸ਼ਰਮ ਚੋਂ ਕੱਢ ਦਿੱਤਾ ਗਿਆ ਬਦਲੇ ਦੀ ਭਾਵਨਾ ਹੁਣ ਸੰਤ ਦੇ ਬਾਣੇ 'ਚ ਇੱਕ ਪੁਰਸ਼ ਆ ਰਿਹਾ ਤਪ ਗਿਆ ਪਰਛਾ ਕੋਲ ਸੀ ਪਰਛਾ ਚੁੱਕ ਲਿਆ ਲੇਕਿਨ ਫਿਰ ਵੀ ਮੈਂ ਅਰਜ਼ ਕਰਾਂ ਆਭਾ ਆਉਂਦੀ ਇਸ ਤਰ੍ਹਾਂ ਦੇ ਪੁਰਸ਼ ਦੀ ਮਹਾਤਮਾ ਬੁੱਧ ਦੀ ਆਭਾ ਰੋਕਦਾ ਉਸਨੂੰ ਤੂੰ ਹੋਰ ਨਾ ਨੇੜੇ ਮੇਰੇ ਮੇਰਾ ਨਾਂ ਨਹੀਂ ਸੁਣਿਆ ਮਹਾਤਮਾ ਬੁੱਧ ਕਹਿੰਦੇ ਨੇ ਸੁਣਿਆ ਫਿਰ ਵਾਪਸ ਚਲਾ ਜਾ ਨਹੀਂ ਵਾਪਸ ਮੁੜਨਾ ਸੀ ਨਹੀਂ ਸੀ ਮੇਰੇ ਗਲੇ 'ਚ ਮਾਲਾ ਦੇਖਦਾ ਉਂਗਲੀਆਂ ਦੀ ਹਾਂ ਦਿਖਾਈ ਦਿੰਦੀ ਰੁਕ ਜਾ ਅੱਜ ਤੱਕ ਇਸਨੇ ਕਿਸੇ ਨੂੰ ਇਸ ਤਰ੍ਹਾਂ ਆਖਿਆ ਨਹੀਂ ਸੀ ਰੁਕ ਜਾ ਲੱਭਦਾ ਸੀ ਸ਼ਿਕਾਰ ਬੰਦਾ ਲੱਭੇ ਹੁਣ ਬੰਦਾ ਸਾਹਮਣੇ ਆਇਆ ਤੇ ਉਹਨੂੰ ਵਾਪਸ ਕਰਦਾ ਰੋਕ ਲੈ ਉਹਦੀ ਆਭਾ ਮਹਾਤਮਾ ਬੁੱਧ ਦੀ ਆਭਾ ਸਿਰਫ 10 ਕਦਮਾਂ ਦਾ ਫਾਸਲਾ ਲੈ ਗਿਆ ਉਂਗਲੀ ਮਾਲ ਕਹਿੰਦਾ ਮੈਂ ਫੈਸਲਾ ਕਰ ਲਿਆ ਮੈਂ ਤੁਹਾਡੀ ਗਰਦਨ ਉਡਾ ਦੇਣੀ ਹੈ ਨਹੀਂ ਛੋੜਨਾ ਹੁਣ ਨਹੀਂ ਛੋੜਨਾ ਤੁਹਾਨੂੰ ਮੈਂ ਕਹਿ ਬੈਠਾ ਵਾਪਸ ਚਲੇ ਜਾਓ ਰੁਕ ਜਾਓ
ਤੁਸੀਂ ਨਹੀਂ ਮੰਨਿਆ, ਪਰ ਹੁਣ ਮੈਂ ਨਹੀਂ ਛੋੜਾਂਗਾ। ਮਹਾਤਮਾ ਬੁੱਧ ਕਹਿੰਦੇ ਠੀਕ ਹੈ, ਤੂੰ ਮੇਰੀ ਗਰਦਨ ਉਡਾ ਦੇ ਤੇ ਮਰਦੇ ਬੰਦੇ ਦਾ ਤੇ ਦੁਸ਼ਟ ਤੋਂ ਦੁਸ਼ਟ ਬੰਦਾ ਵੀ ਕੰਮ ਕਰ ਦਿੰਦਾ, ਇੱਕ ਛੋਟਾ ਜਿਹਾ ਮੇਰਾ ਕੰਮ ਕਰ ਦੇ ਕਿ ਇਹ ਸਾਹਮਣੇ ਦਰਖਤ ਤੋਂ ਇੱਕ ਪੱਤਾ ਤੋੜ ਲਿਆ, ਐਨ ਝੱਟ ਤੋੜ ਦਿੱਤਾ, ਆਖੇ ਦੇ ਮੈਂ ਦੇ ਦਿੱਤਾ। ਵਰਛਾ ਚੁੱਕਣ ਲੱਗਾ ਮਾਰਨ ਲਈ, ਮਹਾਤਮਾ ਬੁੱਧ ਕਹਿੰਦੇ ਨੇ ਅਜੇ ਤੋਂ ਅਧੂਰਾ ਕੰਮ ਕੀਤਾ, ਪੂਰਾ ਕਰ। ਕੀ ਪੂਰਾ ਕਰਾਂ? ਤੁਸੀਂ ਕਿਹਾ ਪੱਤਾ ਤੋੜ, ਮੈਂ ਤੋੜਿਆ, ਇਹ ਅਧੂਰਾ ਕੰਮ ਹੈ। ਹੁਣ ਤੂੰ ਇਸ ਨੂੰ ਜੋੜ ਦੇ, ਫਿਰ ਮੇਰੀ ਗਰਦਨ ਉਡਾ ਦੇ, ਇਹ ਪੱਤਾ ਜੋੜ ਦੇ। ਹੋਸ਼ ਟਿਕਾਣੇ ਆ ਗਏ, ਮੈਂ ਨਹੀਂ ਜੋੜ ਸਕਦਾ, ਫਿਰ ਤੋੜ ਤੇ ਬੱਚਾ ਵੀ ਸਕਦਾ, ਕੋਈ ਵੀ ਤੋੜ ਸਕਦਾ। ਕਲਾ ਤੇ ਇਹ ਕੋਈ ਜੋੜ ਨਾ ਸਿੱਖੇ, ਤੋੜ ਤੇ ਕੋਈ ਵੀ ਸਕਦਾ, ਇਹ ਕੋਈ ਅਕਲਮੰਦੀ ਨਹੀਂ। ਪੱਤਾ ਕੋਈ ਵੀ ਤੋੜ ਸਕਦਾ। ਇਲਮ ਤੇ ਇਹ ਹੈ, ਸਿਆਣਪ ਤੇ ਇਹ ਹੈ, ਮਹਾਨਤਾ ਤੇ ਇਹ ਹੈ, ਕੋਈ ਜੋੜ ਦੇਵੇ। ਵਰਛਾ ਇੱਥੋਂ ਗਿਰ ਗਿਆ, ਮੈਂ ਨਹੀਂ ਜੋੜ ਸਕਦਾ, ਨਹੀਂ ਜੋੜ ਸਕਦਾ ਤਾਂ ਫਿਰ ਤੋੜ ਵੀ ਨਾ, ਤੋੜ ਵੀ ਨਾ। ਕਦਮਾਂ ਤੇ ਗਿਰ ਗਿਆ। ਇਹ ਉਂਗਲੀ ਮਾਲ ਸੰਤ ਬਣਿਆ ਸੀ। ਪਹਿਲੇ ਦਿਨ ਜਦ ਭਿਕਸ਼ਾ ਮੰਗਣ ਗਿਆ, ਕਿਸੇ ਨੇ ਨਹੀਂ ਦਿੱਤੀ, ਪੱਥਰ ਹੀ ਮਾਰੇ ਲੋਕਾਂ ਨੇ, ਖੂਬ ਕੁੱਟਿਆ ਸੀ, ਲੇਕਿਨ ਸਭ ਕੁਝ ਸਹਾਰ ਗਿਆ, ਸਭ ਕੁਝ ਸਹਾਰ ਗਿਆ। ਹੁਣ ਮੈਂ ਤੋੜਨਾ ਨਹੀਂ, ਤੋੜਨਾ ਨਹੀਂ। ਇਹਨੂੰ ਇਰਾਨੀ ਸੂਫੀ ਸੰਤ ਮੌਲਾਨਾ ਰੂਮ ਕਹਿੰਦੇ ਨੇ, ਤੂੰ ਬਰਾਏ ਵਸਲ ਕਰਦਨ ਆਮਦੀ, ਨੇ ਬਰਾਏ ਫਸਲ ਕਰਦਨ ਆਮਦੀ। ਤੂੰ ਇਸ ਦੁਨੀਆਂ ਵਿੱਚ ਲੋਕਾਂ ਦੇ ਦਿਲ ਜੋੜਨ ਵਾਸਤੇ ਆਇਆ, ਤੋੜਨ ਵਾਸਤੇ ਨਹੀਂ। ਤੂੰ ਬਰਾਏ ਵਸਲ ਕਰਦਨ ਆਮਦੀ, ਨੇ ਬਰਾਏ ਫਸਲ ਕਰਦਨ ਆਮਦੀ, ਨਾ ਤੋੜਿਆ ਕਰ। ਹੁਣ ਮੈਂ ਅਰਜ਼ ਕਰਾਂ, ਲੋਕਾਂ ਦੇ ਦਿਲ ਜੋੜਦਿਆਂ ਜੋੜਦਿਆਂ ਜੁੜਦਿਆਂ ਜੁੜਦਿਆਂ ਮਨੁੱਖ ਇੱਕ ਦਿਨ ਪਰਮਾਤਮਾ ਨਾਲ ਜੁੜ ਜਾਂਦਾ। ਜੋੜਨ ਵਾਲੇ ਨੂੰ ਜੋਗੀ ਕਹਿੰਦੇ, ਤੋੜਨ ਵਾਲੇ ਨੂੰ ਹੀ ਭੋਗੀ ਕਹਿੰਦੇ ਨੇ। ਇੱਥੇ ਭੋਗੀ ਹੈ, ਇੱਥੇ ਭਾਗ ਭਾਗ ਕਰਦਾ, ਇੱਥੇ ਤਕਸੀਮ ਕਰਦਾ, ਇੱਥੇ ਟੁਕੜੇ ਟੁਕੜੇ ਕਰਦਾ। ਪ੍ਰਕਿਰਤੀ ਆਪਣਾ ਇੱਕ ਨਿਯਮ ਰੱਖਦੀ ਹੈ, ਦਰਖਤਾਂ ਨੂੰ ਨਵੇਂ ਪੱਤੇ ਦੇਣ ਵਾਸਤੇ ਪੁਰਾਣੇ ਪੱਤੇ ਝੜ ਜਾਂਦੇ। ਜੈਸੇ ਸੱਪ ਦੀ ਕੁੰਚਰ ਨਵੀਂ ਆਉਂਦੀ ਹੈ ਤੇ ਪੁਰਾਣੀ ਖਲੜੀ ਚੜ ਜਾਂਦੀ ਹੈ। ਸਾਡੇ ਕੱਪੜੇ ਮੈਲੇ ਹੋ ਜਾਂਦੇ ਨੇ ਤੇ ਅਸੀਂ ਬਦਲਦੇ ਹਾਂ ਨਾ, ਹੁਣ ਵਿਚਾਰੇ ਦਰਖਤ ਆਪਣੇ ਕੱਪੜੇ ਕਿਵੇਂ ਬਦਲਣ? ਪੱਤੇ ਉਹਨਾਂ ਦੇ ਕੱਪੜੇ ਨੇ, ਪਰਮਾਤਮਾ ਬਦਲਣਾ, ਈਸ਼ਵਰ ਬਦਲਣਾ। ਸੱਪ ਆਪਣੀ ਕੁੰਚ ਕਿਵੇਂ ਬਦਲੇ? ਪ੍ਰਕਿਰਤੀ ਬਦਲੇ, ਇਹ ਵੀ ਮੈਂ ਅਰਜ਼ ਕਰਦਾ। ਪ੍ਰਕਿਰਤੀ ਨੇ ਆਪਣੇ ਢੰਗ ਬਣਾਏ ਨੇ, ਆਪਣੇ ਨਿਯਮ ਬਣਾਏ ਨੇ। ਸਤਿਗੁਰ ਇੱਥੇ ਇੱਕ ਬੜਾ ਸੋਹਣਾ ਉਦਾਹਰਣ ਦੇ ਰਹੇ ਨੇ ਸਮਝਾਉਣ ਵਾਸਤੇ। ਪੱਤਰ ਭੁਰਜੈਣ ਝੜੀਆਂ ਨਹਿ ਜੜੀਆਂ, ਪਤਝੜ ਦੀ ਰੁੱਤ ਦੇ ਚ ਜਿਹੜਾ ਪੱਤਾ ਦਰਖਤ ਨਾਲੋਂ ਝੜ ਜਾਂਦਾ ਹੈ, ਨਹੀਂ ਜੁੜਦਾ, ਨਹੀਂ ਜੁੜਦਾ। ਪੇੜ ਸੰਪੰਨਤਾ
ਪੇੜ ਦੀ ਸੰਪਦਾ ਨਾਲ, ਪੇੜ ਦੀਆਂ ਡਾਲਾਂ ਨਾਲ, ਸ਼ਾਖਾਂ ਨਾਲ ਫਿਰ ਨਹੀਂ ਜੁੜਦਾ। ਇੱਥੇ ਹੁਣ ਸਤਿਗੁਰ ਕਹਿਣਾ ਕੀ ਚਾਹੁੰਦੇ ਨੇ? ਇਹ ਤੇ ਪ੍ਰਮਾਣ ਹੈ ਨਾ, ਇਹ ਤੇ ਦਲੀਲ ਹੈ। ਦਲੀਲ ਕਿਸ ਪ੍ਰਥਾਈ ਦਿੱਤੀ ਗਈ? ਇਹ ਉਦਾਹਰਣ ਕਿਸ ਪ੍ਰਥਾਈ ਦਿੱਤਾ ਗਿਆ? ਦੂਜੀ ਪੰਕਤੀ ਹੈ, ਤਤਰ ਭੁਰਜੈਣ ਝੜੀਅਨ ਨਿਜੜੀਅਨ ਪੇੜ ਸੰਪਦਾ ਨਾਮ ਬਿਹੋਨ ਬਿਖਮਤਾ ਨਾਨਕ ਬਹੰਤ ਜੋਨ ਬਾਸਰੋ ਰਹਿਣੀ। ਜਿਵੇਂ ਟੁੱਟ ਕੇ ਪੱਤਾ, ਇਹਨੂੰ ਪਵਨ ਦੂਰ ਦੂਰ ਉਡਾ ਕੇ ਲੈ ਜਾਂਦੀ ਹੈ, ਰੇਜ਼ਾ ਰੇਜ਼ਾ ਕਰ ਦਿੰਦੀ ਹੈ, ਟੁਕੜੇ ਟੁਕੜੇ ਕਰ ਦਿੰਦੀ ਹੈ। ਇਸ ਤਰ੍ਹਾਂ ਜਿਹੜਾ ਮਨੁੱਖ ਸਤਸੰਗ ਤੋਂ ਟੁੱਟਿਆ, ਪ੍ਰਭੂ ਦੇ ਨਾਮ ਤੋਂ ਟੁੱਟਿਆ, ਗੁਰੂ ਦੇ ਸ਼ਬਦ ਤੋਂ ਟੁੱਟਿਆ, ਵਾਸ਼ਨਾ ਦੀ ਪਵਨ ਉਸਨੂੰ ਪਤਾ ਨਹੀਂ ਕਿਤਨੇ ਜਨਮਾਂ ਵਿੱਚ ਭਟਕਾਉਂਦੀ ਹੈ, ਧੱਕੇ ਦਿੰਦੀ ਹੈ, ਖੁਆਰ ਕਰਦੀ, ਰੇਜ਼ਾ ਰੇਜ਼ਾ ਕਰ। ਹੇ ਪ੍ਰਭੂ, ਮੇਰੀ ਇਹ ਬੇਨਤੀ ਹੈ, ਅਰਦਾਸ ਹੈ, ਤੈਥੋਂ ਬਿਨਾਂ ਸਭ ਮਿੱਥਿਆ ਹੈ, ਤੈਥੋਂ ਬਿਨਾਂ ਸਭ ਕੂੜ ਹੈ, ਤੂੰ ਹੀ ਸੱਚ ਹੈ, ਬਾਕੀ ਸਭ ਕੂੜ ਹੈ। ਜੋ ਹੁਣ ਹੈ ਤੇ ਬਾਅਦ ਵਿੱਚ ਨਹੀਂ, ਜੋ ਸਵੇਰੇ ਨਹੀਂ ਤੇ ਸ਼ਾਮ ਨੂੰ ਹੈ, ਜੋ ਸ਼ਾਮ ਨੂੰ ਹੈ ਤੇ ਸਵੇਰੇ ਨਹੀਂ, ਉਹਨੂੰ ਕੂੜ ਕਹਿੰਦੇ ਨੇ, ਉਹਨੂੰ ਮਿੱਥਿਆ ਕਹਿੰਦੇ ਨੇ, ਉਹਨੂੰ ਝੂਠ ਕਹਿੰਦੇ ਨੇ। ਸੱਚ ਤੇ ਸਦੀਵੀ ਹੈ, ਪਰ ਸੰਸਾਰ ਸਦੀਵੀ ਨਹੀਂ। ਇਹ ਗੱਲ ਵੱਖਰੀ ਹੈ ਕਿ ਸੰਸਾਰ ਨੂੰ ਨਿਰੰਕਾਰ ਦੀ ਛਾਇਆ ਆਖਿਆ, ਪਰ ਜੈਸੇ ਦਰਖਤ ਦੀ ਛਾਇਆ ਬਦਲਦੀ ਹੈ, ਢਲਦੀ ਹੈ, ਹੂ ਬਹੁ ਸੰਸਾਰ ਬਦਲਦਾ ਹੈ, ਢਲਦਾ ਹੈ, ਲੇਕਿਨ ਸੱਚ ਆਪਣੀ ਥਾਂ ਤੇ ਅਟਲ ਹੈ, ਕਾਇਮ ਹੈ, ਦਰਖਤ ਤੇ ਆਪਣੀ ਥਾਂ ਤੇ ਖੜਾ ਹੈ, ਛਾਇਆ ਢਲਦੀ ਹੈ, ਬਣਦੀ ਹੈ, ਖਤਮ ਹੁੰਦੀ ਹੈ। ਹੂ ਬਹੁ ਸੰਸਾਰ ਬਣਦਾ ਹੈ, ਢਲਦਾ ਹੈ, ਖਤਮ ਹੁੰਦਾ ਹੈ, ਪਰ ਨਿਰੰਕਾਰ ਨਿਚਲ ਹੈ। ਸਾਹਿਬ ਕਹਿੰਦੇ ਨੇ, ਹੇ ਅਕਾਲ ਪੁਰਖ, ਤੈਥੋਂ ਬਿਨਾਂ ਸਭ ਕੁਛ ਕੂੜ ਹੈ। ਤੋ ਸਭ ਕੁਛ ਵਿੱਚ ਜੋ ਕੁਛ ਖਾਸ ਜ਼ਿਕਰ ਕਰਨ ਯੋਗ ਹੈ, ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਉਸਦਾ ਬਕਾਇਦਾ ਜ਼ਿਕਰ ਕੀਤਾ ਹੈ। ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ। ਸੰਸਾਰ ਵਿੱਚ ਸਭ ਤੋਂ ਵੱਡੀ ਹਸਤੀ ਹੁਕਮਰਾਨ ਹੈ, ਰਾਜਾ ਹੈ, ਉਹੀ ਚਰਚਾ ਦਾ ਪਾਤਰ ਬਣਦਾ ਹੈ, ਉਹੀ ਮਨੁੱਖ ਦੀ ਜ਼ਬਾਨ ਤੇ ਜ਼ਿਆਦਾ ਹੁੰਦਾ ਹੈ, ਮਨੁੱਖ ਦੇ ਵਿਚਾਰਾਂ ਵਿੱਚ ਵੀ ਰਾਜਾ ਹੀ ਛਾਇਆ ਰਹਿੰਦਾ ਹੈ। ਪ੍ਰਾਚੀਨ ਸਮੇਂ ਤੋਂ ਐਸਾ ਹੀ ਚੱਲੇ ਆ ਰਿਹਾ ਹੈ ਕਿ ਮਨੁੱਖੀ ਜ਼ਿਹਨ ਵਿੱਚ, ਮਨੁੱਖੀ ਗੁਫ਼ਤਗੂ ਵਿੱਚ ਰਾਜਾ ਹੀ ਮੌਜੂਦ ਰਹਿੰਦਾ ਹੈ। ਜੋ ਹੁਕਮਰਾਨ ਹੁੰਦਾ ਹੈ ਉਹਦੀ ਹੀ ਚਰਚਾ, ਜੋ ਹੁਕਮਰਾਨ ਹੈ ਉਹਦੀ ਸੋਚਣੀ। ਉਂਝ ਤੇ ਇਹ ਵਿਆਪਕ ਸੋਚਣੀ ਹੈ ਤੇ ਵਿਆਪਕ ਕਥਨੀ ਹੈ, ਲੇਕਿਨ ਸਾਡੇ ਦੇਸ਼ ਵਿੱਚ ਬਹੁਤ ਜ਼ਿਆਦਾ ਹੈ। ਜਿੱਥੇ ਵੀ 10-5 ਬੰਦੇ ਬੈਠੇ ਹੋਣ, ਉੱਥੇ ਚਰਚਾ ਰਾਜਨੀਤੀ ਦੀ, ਹੁਕਮਰਾਨਾਂ ਦੀ, ਗੁਫ਼ਤਗੂ ਇਹੀ, ਸੋਚਣੀ ਇਹੀ। ਕਿਸੇ ਥਾਂ ਵੀ ਬੈਠ ਕੇ ਕੋਈ ਮਹਿਫਿਲ ਸਜੇ, ਚਰਚਾ ਕਿਸੇ ਨਾ ਕਿਸੇ ਹੁਕਮਰਾਨ ਦੀ ਚੱਲ ਪਏਗੀ। ਦੁਨੀਆਂ ਭਰ ਦੇ ਅਖ਼ਬਾਰ ਤੇ ਦੁਨੀਆਂ ਭਰ ਦੇ ਹੋਰ ਪ੍ਰਸਾਰਣ ਦੇ ਜਿਹੜੇ ਸਾਧਨ ਨੇ, ਉਹ ਕਰੀਬਨ ਕਰੀਬਨ ਰਾਜੇ ਦੀ ਹੀ ਚਰਚਾ ਕਰਦੇ ਨੇ, ਹੁਕਮਰਾਨ ਦੀ ਹੀ ਚਰਚਾ ਕਰਦੇ ਨੇ, ਤੇ ਮਨੁੱਖ ਇਹੀ ਕੁਛ ਸੁਣਨਾ ਚਾਹੁੰਦਾ ਹੈ, ਤੇ ਮਨੁੱਖ ਇਹੀ ਕੁਛ ਸੋਚਣਾ ਚਾਹੁੰਦਾ ਹੈ। ਪਰ ਸਾਹਿਬ ਕਹਿੰਦੇ ਨੇ, ਕੂੜ ਰਾਜਾ, ਰਾਜਾ ਵੀ ਝੂਠ ਹੈ, ਮਿੱਥਿਆ ਹੈ,
ਜੋ ਅੱਜ ਹੈ ਤੇ ਕੱਲ ਨਹੀਂ, ਉਹਨੂੰ ਕਿਸ ਤਰ੍ਹਾਂ ਰਾਜਾ ਮੰਨੀਏ? ਕਹਿੰਦੇ ਨੇ ਧਾਰਮਿਕ ਲੋਕਾਂ ਨੇ ਰਾਜਾ ਸ਼ਬਦ ਦਿੱਤਾ ਤੇ ਪਰਮਾਤਮਾ ਨੂੰ ਸੀ, ਲੇਕਿਨ ਬਾਅਦ ਵਿੱਚ ਵਿਅਕਤੀਆਂ ਨਾਲ ਜੁੜ ਗਿਆ। ਜੋ ਸੰਸਾਰ ਦਾ ਮਾਲਕ ਹੈ, ਸੱਚਾ ਮਾਲਕ ਹੈ ਰਾਜਾ, ਤੇ ਉਹਨੂੰ ਆਖਿਆ ਗਿਆ। ਬਾਅਦ ਵਿੱਚ ਜੋ ਮੁਲਕਾਂ ਦੇ ਵਕਤੀ ਆਰਜ਼ੀ ਮਾਲਕ ਬਣ ਬੈਠੇ, ਉਹਨਾਂ ਦੇ ਨਾਲ ਵੀ ਇਹ ਰਾਜਾ ਲਕਬ ਜੁੜਿਆ। ਭਗਤ ਕਬੀਰ ਕਹਿੰਦੇ ਨੇ, ਕੋ ਹਰ ਸਮਾਨ ਨਹੀਂ ਰਾਜਾ, ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ। ਹਰੀ ਸਮਾਨ ਹੋਰ ਕੋਈ ਰਾਜਾ ਨਹੀਂ ਹੈ, ਉਹ ਵਿਆਪਕ ਹੈ ਔਰ ਉਸਦੀ ਮਲਕੀਅਤ ਹੈ। ਉਹ ਐਸਾ ਨਹੀਂ ਕਿ ਅੱਜ ਹੈ ਤੇ ਕੱਲ ਨਹੀਂ ਹੋਵੇਗਾ। ਉਸ ਰਾਜੇ ਨਾਲ ਸ਼ਬਦ ਜੋੜਿਆ ਗਿਆ ਅਕਾਲ, ਸਮੇਂ ਤੋਂ ਪਰੇ। ਅਸੀਂ ਸਮੇਂ ਦੇ ਵਿੱਚ ਹਾਂ, ਪਰਜਾ ਤੇ ਰਾਜਾ ਸਮੇਂ ਦੇ ਵਿੱਚ ਨੇ, ਪਰ ਉਹ ਪਰਮ ਰਾਜਾ ਮਹਾਰਾਜਾ ਉਹ ਅਕਾਲ ਪੁਰਖ ਸਮੇਂ ਤੋਂ ਪਰੇ ਹੈ। ਸ਼ਾਇਦ ਇਸੇ ਵਾਸਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪ ਨੂੰ ਰਾਜਾ ਤੇ ਮਹਾਰਾਜਾ ਕਰਕੇ ਆਖਿਆ। ਰਾਜਨ ਕੇ ਰਾਜਾ ਮਹਾਰਾਜਨ ਕੇ ਮਹਾਰਾਜ, ਐਸੋ ਰਾਜ ਛੋੜ ਔਰ ਦੂਜਾ ਕੌਣ ਧਿਆਈਏ। ਹੇ ਪ੍ਰਭੂ, ਐਸੇ ਮਹਾਰਾਜੇ ਨੂੰ ਛੱਡ ਕੇ, ਐਸੇ ਰਾਜੇ ਨੂੰ ਛੱਡ ਕੇ ਮੈਂ ਹੋਰ ਕਿਹੜੇ ਰਾਜੇ ਦਾ ਚਿੰਤਨ ਕਰਾਂ, ਹੋਰ ਕਿਹੜੇ ਹੁਕਮਰਾਨ ਦੇ ਨਾਲ ਜੁੜਾਂ। ਤੋ ਉਹ ਅਕਾਲ ਪੁਰਖ ਰਾਜਾ ਹੈ ਰਜਿਆ ਹੋਇਆ ਤ੍ਰਿਪਤ। ਲੇਕਿਨ ਇਹ ਲਕਬ ਜੁੜ ਗਿਆ ਉਹਨਾਂ ਵਿਅਕਤੀਆਂ ਦੇ ਨਾਲ ਜੋ ਵਿਅਕਤੀ ਤੌਰ ਤੇ ਔਰ ਆਰਜ਼ੀ ਤੌਰ ਤੇ ਕੁਛ ਸਮੇਂ ਲਈ ਕਿਸੇ ਥਾਂ ਦੇ, ਕਿਸੇ ਮੁਲਕ ਦੇ, ਕਿਸੇ ਸ਼ਹਿਰ ਦੇ ਮਾਲਕ ਬਣੇ। ਸਾਹਿਬ ਕਹਿੰਦੇ ਨੇ, ਕੂੜ ਰਾਜਾ, ਰਾਜਾ ਝੂਠ ਹੈ, ਮਿੱਥੇ ਹੈ, ਅੱਜ ਹੈ ਕੱਲ ਨਹੀਂ, ਇਹ ਤੇ ਛਾਇਆ ਹੈ, ਵਜੂਦ ਨਹੀਂ। ਤੇ ਕੂੜ ਪਰਜਾ, ਸਿਰਫ ਐਸਾ ਹੀ ਨਹੀਂ ਕਿ ਰਾਜੇ ਦਾ ਰਾਜਾ ਹੋਣਾ ਕੂੜ ਹੈ, ਪਰਜਾ ਦਾ ਪਰਜਾ ਹੋਣਾ ਵੀ ਕੂੜ ਹੈ। ਜੈਸੇ ਬਾਲਕ ਖੇਲ ਖੇਲਦੇ ਨੇ, ਬਾਦਸ਼ਾਹ ਦੀ ਵਜ਼ੀਰ ਬਣਦਾ ਹੈ, ਇੱਕ ਮੁਜਰਮ ਬਣਦਾ ਹੈ, ਬਾਕੀ ਪਰਜਾ ਬਣਦੀ ਹੈ। ਬਾਲਕ ਦਾ ਖੇਲ, ਬਾਲਕ ਦੀ ਇਹ ਲੀਲਾ, ਹਕੀਕਤ ਵਿੱਚ ਇਹ ਸਾਰੀ ਲੀਲਾ ਹੀ ਚੱਲਦੀ ਹੈ ਮਨੁੱਖੀ ਤਲ ਦੀ। ਔਰ ਬਗੌਰ ਮੁਤਾਲਾ ਕਰੀਏ ਕਿ ਸਰੀਰਕ ਤੌਰ ਤੇ ਮਨੁੱਖ ਵੱਡਾ ਹੋ ਜਾਂਦਾ ਹੈ, ਬੌਧਕ ਤੌਰ ਤੇ ਬੱਚੇ ਦਾ ਬੱਚਾ ਹੀ ਰਹਿੰਦਾ ਹੈ, ਉਹਦੀ ਸੋਚਣੀ ਉਹੀ ਬਣੀ ਰਹਿੰਦੀ ਹੈ। ਫਰਕ ਸਿਰਫ ਇਤਨਾ ਹੈ ਕਿ ਜਦ ਛੋਟਾ ਸੀ ਤਾਂ ਖਿਡੌਣੇ ਛੋਟੇ ਸਨ, ਛੋਟੀ ਸਾਈਕਲ ਸੀ, ਛੋਟਾ ਰੇਡੀਓ ਸੀ, ਛੋਟਾ ਜਿਹਾ ਖਿਡੌਣੇ ਵਾਲਾ ਟੀਵੀ ਸੀ, ਛੋਟੀ ਜਿਹੀਆਂ ਮੋਟਰ ਕਾਰ ਖਿਡੌਣੇ ਵਾਲੀ ਸੀ। ਉਸ ਮੋਟਰ ਕਾਰ ਨਾਲ ਖੇਡ ਰਿਹਾ, ਉਸ ਗੱਡੀ ਨਾਲ ਖੇਡ ਰਿਹਾ, ਉਸ ਸਾਈਕਲ ਨਾਲ ਖੇਡ ਰਿਹਾ, ਪਰ ਹੁਣ ਵੱਡਾ ਹੋ ਗਿਆ ਤਾਂ ਸਾਈਕਲ ਵੱਡੀ ਚਾਹੀਦੀ ਹੈ, ਰੇਡੀਓ ਵੱਡਾ ਚਾਹੀਦਾ, ਹੁਣ ਮੋਟਰ ਕਾਰ ਵੱਡੀ ਚਾਹੀਦੀ ਹੈ। ਗਰਸ ਕੇ ਹੈਨ ਖਿਡੌਣੇ, ਪਹਿਲੇ ਛੋਟਿਆਂ ਖਿਡੌਣਿਆਂ ਨਾਲ ਖੇਡਦਾ ਸੀ, ਹੁਣ ਵੱਡਾ ਹੋ ਗਿਆ ਵੱਡੇ ਖਿਡੌਣਿਆਂ ਨਾਲ ਖੇਡ ਰਿਹਾ। ਖਿਡੌਣਿਆਂ ਦੀ ਖੇਡ ਉਹੀ ਹੈ, ਬਚਪਨਾ ਉਹੀ ਹੈ, ਭਾਵੇਂ ਸਰੀਰ ਬਜ਼ੁਰਗ ਹੋ ਗਏ। ਸ਼ਾਇਦ ਇਸੇ ਵਾਸਤੇ ਈਰਾਨ ਦੇ ਪ੍ਰਸਿੱਧ ਸੂਫੀ ਫਕੀਰ ਨੇ ਕਿਸੇ ਵਕਤ ਕਿਹਾ ਸੀ, ਬਜ਼ੁਰਗੀ ਬਾ ਅਕਲ ਅਸਤ, ਨਕੇ ਬਾ ਸਾਲ, ਤਵੰਗਰੀ ਬਾ ਦਿਲ ਅਸਤ, ਨਕੇ ਬਾ ਮਾਲ। ਬਜ਼ੁਰਗੀ ਅਕਲ ਤੋਂ ਹੈ, ਉਮਰ ਤੋਂ ਨਹੀਂ, ਔਰ ਅਮੀਰੀ ਦਿਲ ਤੋਂ ਹੈ, ਮਾਲ ਅਸਬਾਬ ਤੋਂ ਨਹੀਂ। ਇਹਦੇ ਕੋਲ ਧਨ ਕਿਤਨਾ ਹੈ, ਇਹਦੇ ਕੋਲ ਸੰਪਦਾ ਕਿਤਨੀ ਹੈ, ਇਹ ਅਮੀਰੀ ਦੇ ਮਾਪਦੰਡ ਨਹੀਂ ਨੇ, ਇਹ ਅਮੀਰੀ ਦੇ ਨਾਪ ਤੋਲ ਨਹੀਂ ਨੇ। ਅਮੀਰੀ ਦਾ ਨਾਪ ਤੋਲ ਹੈ ਕਿ ਇਹਦਾ ਦਿਲ ਕਿੰਨਾ ਕੁ ਵੱਡਾ ਹੈ,
ਧਨ ਸੰਪਦਾ ਬਹੁਤ ਵੱਡੀ ਹੋਵੇ, ਦਿਲ ਬਹੁਤ ਛੋਟਾ ਹੋਵੇ, ਉਸ ਧਨ ਸੰਪਦਾ ਨੂੰ ਨਾ ਖੁਦ ਵਰਤ ਸਕੇਗਾ, ਨਾ ਦੂਜੇ ਨੂੰ ਵਰਤਣ ਦੇਗਾ, ਨਾ ਖੁਦ ਸੁੱਖ ਹਾਸਲ ਕਰ ਸਕੇਗਾ, ਤੇ ਨਾ ਹੀ ਉਸਦੀ ਧਨ ਸੰਪਦਾ ਤੋਂ ਕਿਸੇ ਦੂਸਰੇ ਨੇ ਸੁੱਖ ਹਾਸਲ ਕਰਨਾ ਹੈ। ਉਹ ਤੇ ਸਿਮਲ ਰੁੱਖ ਦੀ ਤਰ੍ਹਾਂ ਹੋਵੇਗਾ, ਨਾ ਪੰਛੀਆਂ ਨੂੰ ਟਿਕਾਣਾ, ਫੁੱਲ ਵੀ ਕਿਸੇ ਕੰਮ ਦੇ ਨਹੀਂ, ਫਲ ਵੀ ਕਿਸੇ ਕੰਮ ਦੇ ਨਹੀਂ, ਔਰ ਛਾਇਆ ਵੀ ਨਹੀਂ। ਤੋ ਸਾਹਿਬ ਕਹਿੰਦੇ ਨੇ ਇਹ ਰਾਜਾ ਹੋਣਾ ਕੂੜ ਹੈ, ਮਿੱਥੇ ਹੈ, ਪਰ ਪਰਜਾ ਹੋਣਾ ਵੀ ਕੂੜ ਹੈ, ਮਿੱਥੇ ਹੈ। ਕੌਣ ਰਾਜਾ ਹੈ, ਕੌਣ ਪਰਜਾ ਹੈ, ਸਭ ਸੁਪਨੇ ਦੀ ਖੇਡ, ਸਭ ਸੁਪਨੇ ਦੀ ਲੀਲਾ, ਸਭ ਮਿੱਥੇ ਆ। ਪਰਜਾ ਅੱਜ ਹੈ ਕੱਲ ਨਹੀਂ, ਰਾਜਾ ਅੱਜ ਹੈ ਕੱਲ ਨਹੀਂ, ਜੋ ਅੱਜ ਹੈ ਤੇ ਕੱਲ ਨਹੀਂ ਉਹ ਤੇ ਕੂੜ ਹੈ, ਜੋ ਸਵੇਰੇ ਹੈ ਤੇ ਸ਼ਾਮ ਨਹੀਂ ਉਹ ਤੇ ਮਿੱਥੇ ਹੈ। ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ, ਸਾਰੇ ਦਾ ਸਾਰਾ ਸੰਸਾਰ ਜੋ ਇਹਨਾਂ ਅੱਖਾਂ ਨਾਲ ਅਸੀਂ ਵੇਖ ਰਹੇ ਹਾਂ, ਸਾਹਿਬ ਕਹਿੰਦੇ ਨੇ ਕੂੜ ਹੈ, ਇਹ ਤੇ ਛਾਇਆ ਹੈ, ਇਹ ਤੇ ਮਿੱਥੇ ਹੈ। ਧਰਮ ਦੀ ਮੂਲ ਸਾਧਨਾ ਇਹ ਹੀ ਹੈ ਕਿ ਸੰਸਾਰ ਮਿੱਥਿਆ ਦਿਖਾਈ ਦੇਵੇ, ਨਿਰੰਕਾਰ ਸੱਚ ਦਿਖਾਈ ਦੇਵੇ। ਪਦਾਰਥ ਮਿੱਥਿਆ ਦਿਖਾਈ ਦੇਵੇ, ਪਰਮਾਤਮਾ ਸੱਚ ਦਿਖਾਈ ਦੇਵੇ। ਜਗਤ ਮਿੱਥਿਆ ਦਿਖਾਈ ਦੇਵੇ, ਕਰਤਾ ਸੱਚ ਦਿਖਾਈ ਦੇਵੇ। ਲੇਕਿਨ ਸੰਸਾਰੀ ਇਸ ਤੋਂ ਉਲਟ ਜਿਉਂਦਾ ਹੈ, ਜੋ ਪਰਮਾਤਮਾ ਹੈ ਇਹ ਮਿੱਥਿਆ ਦਿਖਾਈ ਦਿੰਦਾ ਹੈ, ਜੋ ਜਗਤ ਹੈ ਇਹ ਸੱਚ ਦਿਖਾਈ ਦਿੰਦਾ ਹੈ, ਪਦਾਰਥ ਸੱਚ ਦਿਖਾਈ ਦਿੰਦਾ ਹੈ। ਜੋ ਨਿਰੰਕਾਰ ਹੈ ਉਹ ਤੇ ਮਿੱਥਿਆ ਫਿਜ਼ੂਲ ਹੈ, ਕੂੜ ਹੈ, ਪਰ ਇਹ ਜੋ ਸੰਸਾਰ ਹੈ ਇਹ ਸੱਚ ਹੈ। ਜੀਵਨ ਦੇ ਇਹ ਦੋ ਢੰਗ ਨੇ, ਸੰਸਾਰ ਨੂੰ ਸੱਚ ਕਰਕੇ ਮੰਨਣਾ ਤੇ ਜੀਵਣਾ, ਜਾਂ ਨਿਰੰਕਾਰ ਨੂੰ ਸੱਚ ਕਰਕੇ ਮੰਨਣਾ ਤੇ ਜੀਵਣਾ। ਜੀਵਨ ਦੇ ਇਹ ਦੋ ਹੀ ਢੰਗ ਨੇ, ਜਾਂ ਸੰਸਾਰ ਨੂੰ ਮਿੱਥਿਆ ਸਮਝਣਾ ਤੇ ਜੀਵਣਾ, ਜਾਂ ਨਿਰੰਕਾਰ ਨੂੰ ਹੀ ਮਿੱਥਿਆ ਸਮਝਣਾ ਤੇ ਜੀਵਣਾ। ਵੈਸੇ ਪ੍ਰਿਥਵੀ ਦੇ ਉਹਨਾਂ ਲੋਕਾਂ ਦੀ ਗਿਣਤੀ ਹਮੇਸ਼ਾ ਜ਼ਿਆਦਾ ਰਹੀ ਹੈ ਜਿਨ੍ਹਾਂ ਨੇ ਪਰਮਾਤਮਾ ਨੂੰ ਮਿੱਥਿਆ ਜਾਣਿਆ, ਫਿਜ਼ੂਲ ਜਾਣਿਆ, ਜਿਨ੍ਹਾਂ ਨੇ ਨਿਰੰਕਾਰ ਨੂੰ ਮਿੱਥਿਆ ਜਾਣਿਆ ਔਰ ਸੰਸਾਰ ਨੂੰ ਸੱਚ ਜਾਣਿਆ। ਪੰਜਾਬੀ ਦਾ ਤਾਂ ਇੱਕ ਆਮ ਮੁਹਾਵਰਾ ਹੈ, ਇਹ ਜਗ ਮਿੱਠਾ ਅਗਲਾ ਕਿਨ ਮਿੱਠਾ। ਬਸ ਇਹੀ ਜਗਤ ਸਭ ਕੁਛ ਹੈ, ਕਿਉਂਕਿ ਦਿਖਾਈ ਦੇ ਰਿਹਾ, ਔਰ ਇਹ ਹੈ ਉਹ ਪਰਮਾਤਮਾ, ਪਤਾ ਨਹੀਂ ਹੈ ਜਾਂ ਨਹੀਂ। ਤੋ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ, ਜਿੱਥੇ ਤੱਕ ਇਹ ਸਾਰਾ ਜਗਤ ਦਿਖਾਈ ਦੇ ਰਿਹਾ, ਕੂੜ ਹੈ, ਮਿੱਥੇ ਹੈ। ਕੂੜ ਮੰਡਪ, ਕੂੜ ਮਾੜੀ, ਕੂੜ ਬੈਸਣ ਹਾਰ, ਸੋਹਣੇ ਸੋਹਣੇ ਚੰਦੋਏ ਸ਼ਾਮਿਆਨੇ ਤਾਣਨੇ, ਔਰ ਇਹ ਖੂਬਸੂਰਤ ਮਹਿਲ ਮਾੜੀਆਂ, ਤੇ ਇਹਨਾਂ ਮਹਿਲ ਮਾੜੀਆਂ ਵਿੱਚ ਰਹਿਣ ਵਾਲੇ, ਬੈਸਣ ਵਾਲੇ, ਸਾਹਿਬ ਕਹਿੰਦੇ ਸਭ ਕੂੜ ਹੈ, ਸਭ ਮਿੱਥੇ ਹੈ। ਇਹ ਮਾੜੀਆਂ ਅੱਜ ਹਨ, ਕੱਲ ਨਹੀਂ। ਇਹ ਸ਼ਾਮਿਆਨੇ ਤਣੇ ਹੋਏ ਅੱਜ ਹਨ, ਕੱਲ ਨਹੀਂ, ਔਰ ਇਹਨਾਂ ਵਿੱਚ ਰਹਿਣ ਵਾਲੇ ਅੱਜ ਹਨ ਤੇ ਕੱਲ ਨਹੀਂ। ਇਸ ਵਾਸਤੇ ਕੁਛ ਧਾਰਮਿਕ ਪੁਰਸ਼ਾਂ ਨੇ ਤੇ ਸਮੁੱਚੇ ਸੰਸਾਰ ਨੂੰ ਇੱਕ ਧਰਮਸ਼ਾਲਾ ਹੀ ਕਹਿ ਦਿੱਤਾ, ਮੁਸਾਫਰਖਾਨਾ ਕਹਿ ਦਿੱਤਾ ਹੈ। ਮੁਸਾਫਰਖਾਨੇ ਵਿੱਚ ਜੈਸੇ ਮੁਸਾਫਰ ਆਉਂਦੇ ਨੇ ਜਾਉਂਦੇ ਨੇ, ਸਦੀਵੀ ਕੋਈ ਨਹੀਂ ਟਿਕਦਾ, ਸਰਾਏ ਹੈ ਇਹ ਜਗਤ, ਆਉਣਾ ਜਾਉਣਾ ਇਸ ਦੇ ਵਿੱਚ ਬਣਿਆ ਹੋਇਆ। ਰੋਜ਼ ਨਵੇਂ ਜੀਵ ਆ ਰਹੇ ਨੇ, ਰੋਜ਼ ਪੁਰਾਣੇ ਰੁਖਸਤ ਹੋ ਰਹੇ ਨੇ, ਮੁਸਾਫਰਖਾਨਾ। ਕੋਈ ਇਸ ਮੁਸਾਫਰਖਾਨੇ 'ਚ 80 ਸਾਲ ਰਹਿੰਦਾ, ਕੋਈ 60 ਸਾਲ ਰਹਿੰਦਾ, ਕੋਈ 40 ਸਾਲ ਰਹਿੰਦਾ, ਕੋਈ 40 ਦਿਨ ਰਹਿੰਦਾ, ਰੁਖਸਤ ਹੁੰਦਾ, ਹੋਰ ਨਵੇਂ ਆਉਂਦੇ ਨੇ। ਇਹ ਆਵਾਜਾਈ ਇਸ ਮੁਸਾਫਰਖਾਨੇ 'ਚ ਰੋਜ਼ ਜਾਰੀ ਹੈ। ਨੈਨੋ ਦੇਖਤ ਇਹ ਜਗ ਜਾਰੀ,
ਦੇਖਦੇ ਹਾਂ ਇਹਨਾਂ ਅੱਖਾਂ ਦੇ ਨਾਲ, ਲੇਕਿਨ ਫਿਰ ਵੀ ਇੱਕ ਗੱਲ ਭੁਲਾਉਂਦੇ ਹਾਂ ਔਰ ਯਕੀਨ ਕਰਦੇ ਹਾਂ ਸੰਸਾਰ ਸੱਚ ਹੈ, ਨਿਰੰਕਾਰ ਝੂਠ ਹੈ। ਸਾਹਿਬ ਕਹਿੰਦੇ ਨਹੀਂ, ਇਹ ਮਹਿਲ ਮਾੜੀਆਂ ਝੂਠ ਨੇ, ਇਹ ਮੰਡਪ, ਇਹ ਸ਼ਾਮਿਆਂ ਨੇ, ਇਹ ਚੰਦੋਏ ਤਣੇ ਹੋਏ ਝੂਠ ਨੇ, ਇਹਨਾਂ ਵਿੱਚ ਬੈਠਣ ਵਾਲੇ ਉਹ ਵੀ ਮਿੱਥਿਆ ਨੇ, ਉਹ ਵੀ ਝੂਠ ਹੈ। ਕੂੜ ਸੋਇਨਾ ਕੂੜ ਰੁਪਾ ਕੂੜ ਪਹਿਨਣ ਹਾਰ, ਸੋਇਨਾ ਜਿਹਦੀ ਚਮਕ ਦਮਕ ਆਦਿ ਕਾਲ ਤੋਂ ਮਨੁੱਖ ਨੂੰ ਆਪਣੀ ਤਰਫ ਖਿੱਚਦੀ ਰਹੀ ਹੈ। ਦਰਅਸਲ ਕੰਚਨ ਦਾ ਹੀ ਬਹੁਤ ਗਹਿਰੇ ਤਲ ਦੇ ਵਿੱਚ ਮਨੁੱਖ ਤੇ ਪ੍ਰਭਾਵ ਰਿਹਾ ਹੈ। ਮਨੁੱਖ ਦੀ ਲੰਬੀ ਚੌੜੀ ਭਟਕਣਾ ਕੰਚਨ ਕਰਕੇ ਹੀ ਹੈ, ਸੋਇਨੇ ਕਰਕੇ ਹੈ। ਸਾਹਿਬ ਕਹਿੰਦੇ ਨੇ ਇਹ ਸੋਨਾ ਇਹ ਵੀ ਝੂਠ ਹੈ, ਇਹ ਵੀ ਮਿੱਥਿਆ ਹੈ, ਇਹਦੀ ਚਮਕ ਵੀ ਸਦੀਵੀ ਨਹੀਂ ਰਹਿੰਦੀ ਔਰ ਇਹ ਵੀ ਗਲ ਜਾਏਗਾ, ਢਲ ਜਾਏਗਾ, ਅੱਜ ਹੈ ਕੱਲ ਨਹੀਂ। ਇਸ ਸੋਨੇ ਦੇ ਗਹਿਣੇ ਕੂੜ ਨੇ, ਝੂਠ ਨੇ, ਔਰ ਚਾਂਦੀ ਇਹ ਵੀ ਝੂਠ ਹੈ, ਤੇ ਚਾਂਦੀ ਦੇ ਸੋਨੇ ਦੇ ਜਿਹੜੇ ਗਹਿਣੇ ਪਾਉਣ ਵਾਲੇ ਨੇ ਸਾਹਿਬ ਕਹਿੰਦੇ ਉਹ ਵੀ ਕੂੜ ਹੈ। ਕੂੜ ਪਹਿਨਣ ਹਾਰ, ਪਹਿਨਣ ਹਾਰ ਵੀ ਅੱਜ ਹੈ ਤੇ ਕੱਲ ਨਹੀਂ। ਦਰਅਸਲ ਮਨੁੱਖ ਦੇ ਅੰਦਰ ਆਦਿ ਕਾਲ ਤੋਂ ਇਹ ਭਾਵ ਬਣਿਆ ਕਿ ਮੈਂ ਸੁੰਦਰ ਦਿਖਾਈ ਦੇਵਾਂ ਤੇ ਲੋਕੀ ਮੈਨੂੰ ਸੁੰਦਰ ਮੰਨਣ, ਇਸ ਵਾਸਤੇ ਹਾਰ ਸ਼ਿੰਗਾਰ ਦਾ ਇੱਥੋਂ ਜਨਮ ਹੋਇਆ। ਲੇਕਿਨ ਇਹ ਮਨੁੱਖ ਦੇ ਅੰਦਰ ਹੀਣ ਭਾਵ ਹੈ, ਇਸਨੇ ਆਪਣੇ ਆਪ ਨੂੰ ਕਰੂਪ ਕਿਉਂ ਮਹਿਸੂਸ ਕੀਤਾ? ਦਰਅਸਲ ਕਰੂਪਤਾ ਤੇ ਅੰਦਰ ਸੀ, ਸ਼ਿੰਗਾਰ ਇਸਨੇ ਬਾਹਰ ਕੀਤਾ। ਮਲਨਤਾ ਤੇ ਅੰਦਰ ਸੀ, ਸਫਾਈ ਇਸਨੇ ਬਾਹਰ ਕੀਤੀ। ਭੈੜਾਪਣ ਤੇ ਅੰਦਰ ਸੀ, ਸੰਵਾਰਿਆ ਸ਼ਿੰਗਾਰਿਆ ਇਸਨੇ ਬਾਹਰ। ਇੱਕ ਆਲਮ ਦਾ ਕਹਿਣਾ ਹੈ, ਹਜ਼ਾਰਾਂ ਰਾਇਸ਼ੇ ਸਦਕੇ ਹੈ ਉਸਕੀ ਸਾਦਾਵਾਜ਼ੀ ਪਰ, ਨਹੀਂ ਮੌਤਾਜ ਜ਼ੇਵਰ ਇਲਮ ਅਕਲ ਨੇ ਜਿਸਕੋ ਸਵਾਰਾ ਹੈ। ਜਿਹਨੂੰ ਗਿਆਨ ਨੇ, ਜਿਹਨੂੰ ਇਲਮ ਨੇ ਸੰਵਾਰਿਆ ਹੈ, ਸ਼ਿੰਗਾਰਿਆ ਹੈ, ਉਹਨੂੰ ਕਿਸੇ ਹੋਰ ਸ਼ਿੰਗਾਰ ਦੀ ਲੋੜ ਨਹੀਂ, ਉਹਨੂੰ ਕਿਸੇ ਹੋਰ ਗਹਿਣਿਆਂ ਦੀ ਲੋੜ ਨਹੀਂ। ਪੁਰਸ਼ ਨਾਲੋਂ ਇਹ ਹੀਣ ਭਾਵ ਜ਼ਿਆਦਾ ਨਾਰੀ ਦੇ ਅੰਦਰ ਹੈ। ਇਸ ਵਾਸਤੇ ਉਸਦਾ ਬਹੁਤ ਸਾਰਾ ਸਮਾਂ ਤੇ ਉਸਦਾ ਬਹੁਤ ਸਾਰਾ ਧਨ, ਉਹਦੀ ਬਹੁਤ ਸਾਰੀ ਸ਼ਕਤੀ ਹਾਰ ਸ਼ਿੰਗਾਰ ਦੇ ਵਿੱਚ ਹੀ ਬਤੀਤ ਹੋ ਜਾਂਦੀ ਹੈ। ਕਦੀ ਬਹੌਰ ਜਾਤ ਮਾਰੀਏ, ਮੋਰ ਕਿਤਨਾ ਖੂਬਸੂਰਤ ਹੈ, ਹੰਸ ਕਿਤਨਾ ਖੂਬਸੂਰਤ ਹੈ, ਮਛਲੀਆਂ ਦੇ ਉੱਤੇ ਕਿਤਨੀ ਸੋਹਣੀ ਚਿੱਤਰਕਾਰੀ ਹੈ, ਜੰਗਲੀ ਜਾਨਵਰ ਪਸ਼ੂ ਕਿਤਨੇ ਸੋਹਣੇ ਢੰਗ ਨਾਲ ਅਕਾਲ ਪੁਰਖ ਨੇ ਉਹਨਾਂ ਨੂੰ ਸੰਵਾਰਿਆ ਹੈ, ਸ਼ਿੰਗਾਰਿਆ ਹੈ। ਦਰਅਸਲ ਇਸ ਤਰ੍ਹਾਂ ਦਾ ਸੁਪਨ ਅਕਾਲ ਪੁਰਖ ਨੇ ਮਨੁੱਖ ਨੂੰ ਵੀ ਦਿੱਤਾ ਹੈ, ਲੇਕਿਨ ਉਹ ਅੰਦਰੂਨੀ ਹੈ, ਮਹਾਨ ਹੈ, ਉਹਦੀ ਤਰਫ ਇਸਨੇ ਕਦੀ ਜਾਤ ਨਹੀਂ ਮਾਰੀ, ਉਸਦੀ ਤਰਫ ਇਸਨੇ ਕਦੀ ਦੇਖਿਆ ਨਹੀਂ। ਇਸ ਵਾਸਤੇ ਇਸਦਾ ਸਮਾਂ, ਇਹਦੀ ਸ਼ਕਤੀ ਬਾਹਰ ਦੇ ਸੁਪਨ ਦੇ ਵਿੱਚ ਨਸ਼ਟ ਹੁੰਦੀ ਰਹੀ ਹੈ। ਤੋ ਸਾਹਿਬ ਕਹਿੰਦੇ ਨੇ ਇਹ ਸੋਨਾ, ਇਹ ਚਾਂਦੀ ਔਰ ਸੋਨੇ ਤੇ ਚਾਂਦੀ ਦੇ ਬਣੇ ਹੋਏ ਇਹ ਗਹਿਣੇ ਔਰ ਇਹਨਾਂ ਨੂੰ ਪਹਿਨਣ ਵਾਲੇ, ਸਾਹਿਬ ਕਹਿੰਦੇ ਸਭ ਕੂੜ ਹੈ, ਸਭ ਮਿੱਥੇ ਹੈ। ਕੂੜ ਕਾਇਆ ਕੂੜ ਕੱਪੜ ਕੂੜ ਰੂਪ ਅਪਾਰ, ਇਹ ਜੋ ਅਪਾਰ ਰੂਪ ਹੈ, ਅਤਿਅੰਤ ਸੁੰਦਰਤਾ ਹੈ ਕਾਇਆ ਦੀ ਔਰ ਖਾਸ ਕਰਕੇ ਕੱਪੜਿਆਂ ਦੇ ਨਾਲ ਹੋਰ ਸੁਹਾਵਣੀ ਹੈ, ਹੋਰ ਸੁੰਦਰ ਹੈ। ਸਾਹਿਬ ਕਹਿੰਦੇ ਨੇ ਕਾਇਆ ਵੀ ਕੂੜ, ਇਹ ਕੱਪੜੇ ਵੀ ਕੂੜ
ਔਰ ਇਹ ਜਿਹੜੀ ਅਪਾਰ ਸੁੰਦਰਤਾ ਹੈ ਇਹ ਵੀ ਮਿੱਥਿਆ। ਦੇਖਦਿਆਂ ਦੇਖਦਿਆਂ ਹੀ ਮਨੁੱਖ ਦਾ ਜੋਬਨ ਢਲ ਜਾਂਦਾ ਹੈ। ਦੇਖਦਿਆਂ ਦੇਖਦਿਆਂ ਹੀ ਮਨੁੱਖ ਆਪਣੀ ਅੱਖਾਂ ਨਾਲ ਹੀ ਵੇਖ ਲੈਂਦਾ ਸੁੰਦਰਤਾ ਮੇਰੀ ਨਸ਼ਟ ਹੋ ਗਈ, ਉਹ ਤਿੱਖੇ ਨੈਣ ਨਹੀਂ ਰਹੇ, ਉਹ ਸੁਰਾਹੀ ਜੈਸੀ ਗਰਦਨ ਨਹੀਂ ਰਹੀ, ਉਹ ਮ੍ਰਿਗ ਨੈਣ ਨਹੀਂ ਰਹੇ। ਸਹਿਜੇ ਸਹਿਜੇ ਇੰਦਰੀਆਂ ਦੀ ਚਮਕ ਦਮਕ ਰੁਖਸਤ ਹੋ ਰਹੀ ਹੈ, ਲੇਕਿਨ ਰੁਖਸਤ ਹੋ ਰਹੀ ਹੈ ਮਨੁੱਖ ਫਿਰ ਵੀ ਨਹੀਂ ਮੰਨਦਾ, ਪੂਰਨ ਤੌਰ 'ਤੇ ਯਕੀਨ ਫਿਰ ਵੀ ਨਹੀਂ ਆਉਂਦਾ ਕਿ ਸਾਰੇ ਦਾ ਸਾਰਾ ਜੀਵਨ ਹੀ ਰੁਖਸਤ ਹੋ ਜਾਏਗਾ। ਇਹ ਤਾਂ ਢਲਦੀ ਹੋਈ ਛਾਇਆ ਹੈ ਔਰ ਢਲ ਜਾਏਗੀ। ਮਨੁੱਖ ਇਸ ਨੂੰ ਸਦੇਵੀ ਮੰਨ ਲੈਂਦਾ, ਅਮਰ ਮੰਨ ਲੈਂਦਾ। ਕਹਿੰਦੇ ਨੇ ਭਗਤ ਕਬੀਰ ਜੀ ਦੇ ਡੇਰੇ ਇੱਕ ਐਸੀ ਪਨਹਾਰੀ ਸੀ ਜੋ ਸਾਰਾ ਦਿਨ ਆਏ ਹੋਏ ਯਾਤਰੂਆਂ ਨੂੰ ਭਗਤ ਜਨਾਂ ਨੂੰ ਪਾਣੀ ਪਿਲਾਉਂਦੀ ਸੀ। ਤਨ ਦੇ ਉੱਤੇ ਖੱਦੜ ਦਾ ਲਿਬਾਸ, ਲੇਕਿਨ ਉਹ ਵੀ ਲੀਰਾਂ ਲੀਰਾਂ ਚੀਥੜੇ ਬਿਲਕੁਲ। ਭਗਤ ਕਬੀਰ ਜੀ ਦੇ ਚੇਲੇ ਇੱਕ ਦਿਨ ਗੰਗਾ ਤੱਟ ਤੋਂ ਹੋ ਕੇ ਆਏ ਅਤੇ ਉਸ ਦਿਨ ਸਿਕੰਦਰ ਲੋਧੀ ਦੀ ਬੇਗਮ ਹਿੰਦੂ ਯਾਤਰੂਆਂ ਨੂੰ ਵੇਖਣ ਲਈ ਗੰਗਾ ਦੇ ਤੱਟ 'ਤੇ ਆਈ ਸੀ। ਸਜਿਆ ਹੋਇਆ ਰੱਥ ਔਰ ਹਾਰ ਸ਼ਿੰਗਾਰ ਨਾਲ ਸੰਵਾਰੀ ਹੋਈ ਇਹ ਬੇਗਮ, ਬੜਾ ਕੀਮਤੀ ਉਸਦਾ ਲਿਬਾਸ, ਚੇਲੇ ਵੇਖਦੇ ਨੇ ਤੇ ਦੰਗ ਰਹਿ ਗਏ। ਇਤਨਾ ਕੀਮਤੀ ਲਿਬਾਸ, ਲਿਬਾਸ ਦੇ 'ਚ ਹੀ ਹੀਰੇ ਜੜਤ ਨੇ, ਮੋਤੀ ਜੜਤ ਨੇ, ਨੀਲਮ ਪੰਨੇ ਜੜਤ ਨੇ, ਮਖਮਲੀ ਲਿਬਾਸ। ਕਬੀਰ ਦੇ ਚੇਲੇ ਕਬੀਰ ਕੋਲ ਆ ਕੇ ਗਿਲਾ ਕਰਦੇ ਨੇ ਕਿ ਈਸ਼ਵਰ ਬੇਇਨਸਾਫੀਆਂ ਕਰਦਾ ਹੈ, ਜੋ ਸਾਰਾ ਦਿਨ ਪਾਣੀ ਪਿਲਾਉਂਦੀ ਹੈ, ਲੋਕਾਂ ਦੀ ਪਿਆਸ ਮਿਟਾਉਂਦੀ ਹੈ, ਆਏ ਹੋਏ ਯਾਤਰੂਆਂ ਦਾ ਹਰ ਤਰੀਕੇ ਨਾਲ ਖਿਆਲ ਰੱਖਦੀ ਹੈ, ਔਰ ਜੋ ਸਾਰਾ ਦਿਨ ਭਜਨ ਕਰਦੀ ਹੈ ਭਾਵਨਾ ਨਾਲ, ਉਹਦੇ ਕੱਪੜੇ ਲੀਰਾਂ ਲੀਰਾਂ ਔਰ ਖੱਦੜ ਦੇ, ਜੋ ਪਤਾ ਨਹੀਂ ਖੁਦਾ ਦਾ ਨਾਂ ਲੈਂਦੀ ਵੀ ਹੈ ਕਿ ਨਹੀਂ, ਉਹਦੇ ਕੱਪੜੇ ਇਤਨੇ ਕੀਮਤੀ, ਉਸਦਾ ਲਿਬਾਸ ਅਤਿਅੰਤ ਸੁੰਦਰ। ਉਸ ਵਕਤ ਕਬੀਰ ਕਹਿੰਦੇ ਨੇ ਨਹੀਂ, ਇਹ ਜੋ ਪਾਣੀ ਪਿਲਾਉਂਦੀ ਹੈ, ਇਹ ਜੋ ਸਾਰਾ ਦਿਨ ਸਤਨਾਮ ਦੀ ਧੁਨ ਦੇ ਚਲੀਨ ਰਹਿੰਦੀ ਹੈ, ਇਹਦੇ ਕੱਪੜੇ ਕੀਮਤੀ ਨੇ, ਮਹਾਨ ਨੇ। ਚੇਲੇ ਕਹਿੰਦੇ ਨੇ ਜਿਹੜੇ ਕੱਪੜੇ ਅਸੀਂ ਦੇਖੇ ਨੇ, ਜੇ ਕਿਧਰੇ ਤੁਸੀਂ ਦੇਖਦੇ ਤਾਂ ਕਹਿ ਉੱਠਦੇ ਵਾਕਈ ਇਹ ਕੱਪੜੇ ਮਹਾਨ ਨੇ, ਇਹ ਰੂਪ ਮਹਾਨ ਹੈ। ਉੱਥੇ ਭਗਤ ਕਬੀਰ ਦੋ ਸਲੋਕ ਉਚਾਰਨ ਕਰਦੇ ਨੇ ਜੋ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਦਰਜ ਨੇ। ਕਬੀਰ ਹੈਂਗੇ ਬਾਹਨ ਸਗਨ ਘਨ, ਛਤਰਪਤੀ ਕੀ ਨਾਰ, ਤਾਸੋ ਪਟੰਤਰ ਨਾ ਪੂਜੇ, ਹਰ ਜਨ ਕੀ ਪਨਿਹਾਰ। ਮੈਂ ਮੰਨਦਾ ਉਸ ਬੇਗਮ ਦੇ ਘਰ ਦੇ 'ਚ ਹਾਥੀ ਨੇ, ਘੋੜੇ ਨੇ, ਕੰਚਨ ਹੈ, ਸੋਨਾ ਚਾਂਦੀ ਹੈ, ਬਹੁਤ ਸੁੰਦਰ ਮਹਿਲ ਨੇ, ਔਰ ਉਹਦੇ ਕੱਪੜੇ ਮਖਮਲੀ ਨੇ, ਲੇਕਿਨ ਮੈਂ ਫਿਰ ਵੀ ਕਹਿੰਦਾ ਤਾਸੋ ਪਟੰਤਰ ਨਾ ਪੂਜੇ, ਹਰ ਜਨ ਕੀ ਪਨਿਹਾਰ। ਇਹ ਹਰੀ ਦੇ ਜਨਾਂ ਦੀ ਜਿਹੜੀ ਪਨਹਾਰੀ ਹੈ, ਜੋ ਸਾਰਾ ਦਿਨ ਪਾਣੀ ਪਿਲਾਉਂਦੀ ਹੈ ਹਰੀ ਦੇ ਜਨਾਂ ਨੂੰ, ਭਗਤਾਂ ਨੂੰ, ਇਹਦੇ ਕੱਪੜਿਆਂ ਦੇ ਸਾਹਮਣੇ ਉਸ ਬੇਗਮ ਦੇ ਕੱਪੜੇ ਤੁੱਛ ਨੇ, ਕੁਛ ਵੀ ਨਹੀਂ। ਇਹਨਾਂ ਕੱਪੜਿਆਂ ਨਾਲ ਉਹਨਾਂ ਦਾ ਕੀ ਮੁਕਾਬਲਾ, ਇਹ ਕੱਪੜੇ ਮਹਾਨ ਨੇ। ਤਾਂ ਚੇਲੇ ਸਾਰੇ ਬੋਲ ਪਏ, ਭਗਤ ਜੀ ਉਹ ਮਖਮਲੀ ਲਿਬਾਸ ਹੈ, ਉਹਦੇ 'ਚ ਹੀਰੇ ਤੇ ਮੋਤੀ ਜੜਤ ਨੇ। ਉਸ ਵਕਤ ਕਬੀਰ ਸਮਝਾਉਂਦੇ ਨੇ ਵੀ ਗੱਲ ਸੁਣੋ, ਕਬੀਰ
ਨਿਰਪਨਾਰੀ ਕਿਉਂ ਨਿੰਦੀਏ, ਕਿਉਂ ਹਰ ਚੇਰੀ ਕੋ ਮਾਨ। ਮੈਂ ਰਾਜੇ ਦੀ ਇਸਤਰੀ ਦੀ ਨਿੰਦਾ ਕਿਉਂ ਕੀਤੀ? ਹਰੀ ਦੀ ਉਹ ਜਿਹੜੀ ਚੇਰੀ ਹੈ, ਉਹ ਜਿਹੜੀ ਪਨਹਾਰੀ ਹੈ, ਮੈਂ ਉਸਨੂੰ ਇਤਨਾ ਵੱਡਾ ਮਾਣ ਕਿਉਂ ਦਿੱਤਾ ਹੈ ਕਿ ਬੇਗਮ ਇਸ ਪਨਹਾਰੀ ਦੇ ਚਰਨਾਂ ਦੀ ਖਾਕ ਵੀ ਨਹੀਂ। ਉਹਦੇ ਕੱਪੜੇ ਇਹਦੇ ਕੱਪੜਿਆਂ ਦੇ ਸਾਹਮਣੇ ਤੁੱਛ ਨੇ, ਉਹਦਾ ਰੂਪ ਇਹਦੇ ਸਾਹਮਣੇ ਕੁਛ ਵੀ ਨਹੀਂ। ਕਬੀਰ ਨਿਰਪਨਾਰੀ ਕਿਉਂ ਨਿੰਦੀ ਹੈ, ਕਿਉਂ ਹਰ ਚੇਰੀ ਕੋ ਮਾਨ। ਉਹ ਮਾਂਗ ਸਵਾਰੇ ਵਿਖੇ ਕੋ ਇਹ ਸਿਮਰੇ ਹਰੀ ਨਾਮ। ਇਹਦੇ ਫੱਟੇ ਪੁਰਾਣੇ ਕੱਪੜਿਆਂ ਵਿੱਚ ਹਰੀ ਵਸਦਾ ਹੈ, ਹਰੀ ਦਾ ਚਿੰਤਨ ਹੈ, ਹਰੀ ਦਾ ਸਿਮਰਨ ਹੈ। ਉਹਦੇ ਮਖਮਲੀ ਲਿਬਾਸ ਦੇ ਵਿੱਚ ਸੰਸਾਰਿਕ ਵਾਸ਼ਨਾਵਾਂ ਨੇ, ਤ੍ਰਿਸ਼ਨਾ ਹੈ, ਕਾਮਨਾ ਹੈ। ਜਿਹੜਾ ਲਿਬਾਸ ਕਾਮਨਾ ਨੂੰ ਵਧਾਵੇ, ਮੈਂ ਉਸਦੀ ਮਹਿਮਾ ਨਹੀਂ ਗਾਇਨ ਕਰ ਸਕਦਾ। ਮੈਂ ਤੇ ਉਸ ਲਿਬਾਸ ਦੀ ਮਹਿਮਾ ਕਰਾਂਗਾ ਜਿਹਦੇ ਚੋਂ ਰਾਮ ਦੀ ਧੁਨ ਨਿਕਲੇ, ਜਿਹਦੇ ਪ੍ਰਭੂ ਦੀ ਧੁਨ ਨਿਕਲੇ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਵੀ ਫਰਮਾਨ ਹੈ, ਬਾਬਾ ਹੋਰ ਪਹਿਨਣ ਖੁਸ਼ੀ ਖੁਆਰ, ਜਿਤ ਪੈ ਦੇ ਤਨ ਪੀੜੀਏ, ਮਨ ਮੈਂ ਚਲੇ ਵਿਕਾਰ। ਉਹ ਪਹਿਣਾ ਤੇ ਖੱਜਲ ਖੁਆਰੀ ਹੈ ਜਿਹਦੇ ਨਾਲ ਵਾਸ਼ਨਾ ਵਧੇ। ਕੁਝ ਐਸਾ ਖਾਣਾ ਵੀ ਹੈ ਜਿਹਦੇ ਨਾਲ ਵਾਸ਼ਨਾ ਵਧਦੀ ਹੈ, ਕੁਛ ਐਸਾ ਪਹਿਨਣਾ ਵੀ ਹੈ ਜਿਹਦੇ ਨਾਲ ਸੰਸਾਰਿਕ ਵਾਸ਼ਨਾ ਵਧਦੀ ਹੈ। ਇਸ ਵਾਸਤੇ ਗੁਰਮਤ ਕਹਿੰਦੀ ਹੈ, ਐਸਾ ਖਾਓ ਜਿਹਦੇ ਨਾਲ ਵਾਸ਼ਨਾ ਸੀਮਾ ਵਿੱਚ ਰਹੇ, ਐਸਾ ਪਹਿਨੋ ਜਿਹਦੇ ਨਾਲ ਕਾਮਨਾ ਸੀਮਤ ਰਹੇ। ਤੋ ਭਗਤ ਕਬੀਰ ਕਹਿੰਦੇ ਨੇ, ਨਿਰਪ ਨਾਰੀ ਕਿਉਂ ਨਿੰਦੀ ਹੈ, ਮੈਂ ਇਤਨੀ ਵੱਡੀ ਨਾਰੀ ਬੇਗਮ ਦੀ ਨਿੰਦਾ ਕਿਉਂ ਕਰ ਛੱਡੀ, ਉਹਨੂੰ ਕਿਉਂ ਛੁਟਿਆ। ਕਬੀਰ ਨਿਰਪ ਨਾਰੀ ਕਿਉਂ ਨਿੰਦੀ ਹੈ, ਕਿਉਂ ਹਰ ਚੇਰੀ ਕੋ ਮਾਨ। ਉਹ ਮਾਂਗ ਸਵਾਰੇ ਵਿਖੇ ਕੋ ਇਹ ਸਿਮਰੇ ਹਰੀ ਨਾਮ। ਤੋ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਅੱਜ ਦੇ ਇਸ ਪਾਵਨ ਪਵਿੱਤਰ ਸਲੋਕ ਦੇ ਵਿੱਚ ਫਰਮਾਨ ਪਏ ਕਰਦੇ ਨੇ, ਇਹ ਕੱਪੜ, ਇਹ ਸੁੰਦਰ ਕਾਇਆ, ਇਹ ਅਪਾਰ ਰੂਪ ਸਭ ਮਿੱਥਿਆ, ਸਭ ਝੂਠ ਹੈ। ਕੂੜ ਕਾਇਆ, ਕੂੜ ਕੱਪੜ, ਕੂੜ ਰੂਪ ਅਪਾਰ, ਕੂੜ ਮੀਆਂ, ਕੂੜ ਬੀਬੀ, ਖੱਪ ਹੋਏ ਖਾਰ। ਰਿਸ਼ਤੇ ਤੇ ਹੋਰ ਬਹੁਤ ਸਾਰੇ ਨੇ, ਪਰ ਮੂਲ ਰਿਸ਼ਤਾ ਹੈ ਮੀਆਂ ਬੀਬੀ ਦਾ। ਇਸ ਤੋਂ ਹੀ ਧੀਆਂ ਪੁੱਤਰ, ਇਸ ਤੋਂ ਹੀ ਅਗਾਂਹ ਲੰਬਾ ਚੌੜਾ ਪਰਿਵਾਰ, ਔਰ ਇਹੀ ਅਗਾਂਹ ਚੱਲ ਕੇ ਦਾਦੀ ਦਾਦਾ ਵਰਸ ਕੇ ਇਹ ਮੂਲ ਰਿਸ਼ਤਾ ਹੈ ਸੰਸਾਰ ਦਾ, ਜਿਹਦੇ ਨਾਲ ਸੰਸਾਰ ਫੈਲਦਾ ਹੈ। ਤੋ ਮਹਾਰਾਜ ਕਹਿੰਦੇ ਨੇ, ਇਹ ਮੀਆਂ ਇਹ ਬੀਵੀ, ਇਹ ਪਤੀ ਇਹ ਪਤਨੀ, ਇਹ ਰਿਸ਼ਤੇ ਵੀ ਝੂਠੇ। ਭਗਤ ਕਬੀਰ ਦਾ ਇੱਕ ਬੜਾ ਸੁੰਦਰ ਸ਼ਬਦ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ, ਕਹਿੰਦੇ ਨੇ, ਖੱਡੀ ਦੇ ਵਿੱਚ ਬੈਠ ਕੇ ਕੱਪੜਾ ਬੁਣ ਰਹੇ ਸਨ ਤੇ ਲੋਹੀ ਕਿਧਰੇ ਭੋਜਨ ਲਿਆਈ ਤੇ ਖੱਡੀ ਤੇ ਬੈਠਿਆਂ ਬੈਠਿਆਂ ਭੋਜਨ ਛਕਣ ਲੱਗ ਪਏ। ਕਿਸੇ ਤਾਰਕਕ ਨੇ ਤਰਕ ਕਰ ਦਿੱਤੀ ਵੀ ਜਿਸ ਬੰਦੇ ਨੂੰ ਸੁੱਚੀ ਥਾਂ ਤੇ ਬੈਠ ਕੇ ਭੋਜਨ ਛਕਣ ਦੀ ਜਾਚ ਨਹੀਂ, ਉਹ ਰੱਬ ਨਾਲ ਕੀ ਜੁੜੇਗਾ ਤੇ ਰੱਬ ਦੀ ਕੀ ਗੱਲ ਕਰੇਗਾ। ਕਬੀਰ ਉੱਥੇ ਕਹਿੰਦੇ ਨੇ, ਕਹੋ ਪੰਡਿਤ ਸੂਚਾ ਕਹੋਂ ਥਾਂ, ਜਹਾਂ ਬੈਸ ਹੋ ਭੋਜਨ ਖਾਂ। ਤੂੰ ਮੈਨੂੰ ਦੱਸ ਸੁੱਚੀ ਜਗ੍ਹਾ ਕਿਹੜੀ ਹੈ ਜਿੱਥੇ ਬੈਠ ਕੇ ਮੈਂ ਭੋਜਨ ਛਕਾਂ, ਜਿੱਥੇ ਬੈਠ ਕੇ ਮੈਂ ਪ੍ਰਸ਼ਾਦ ਛਕਾਂ। ਮਾਤਾ ਝੂਠੀ ਪਿਤਾ ਵੀ ਝੂਠਾ, ਝੂਠੇ ਹੀ ਫਲ ਲਾਗੇ, ਆਵੇ ਝੂਠੇ ਜਾਏ ਵੀ ਝੂਠੇ, ਝੂਠੇ ਮਰੇ ਅਭਾਗੇ। ਕਹੋ ਪੰਡਿਤ ਸੂਚਾ ਕਵਨ ਥਾਂ, ਜਹਾਂ ਬੈਸ ਹੋ ਭੋਜਨ ਖਾਂ। ਜਿਹਬਾ ਝੂਠੀ ਬੋਲਤ ਝੂਠਾ, ਕਰਨ ਨੇਤ ਸਭ ਝੂਠੇ,
इंद्री की झूठ उतरस नाई, ब्रह्म अगन के लूटे। जबान झूठी है, मिथ्या बोल रही है। अखां झूठियां ने, मिथ्या वेख रही ने। कन झूठे ने, मिथ्या सुन रहे ने। पैर झूठे ने, मिथ्या मार्ग ते चल रहे ने। हाथ झूठे ने, मिथ्या कर्म कर रहे ने। सब कुछ ते मिथ्या है, सब कुछ ते झूठ है। जेहबा झूठी, बोलत झूठा, करन नेत्र सब झूठे। इंद्री की झूठ उतरस नाही, ब्रह्म अगन के लूटे। और अगां चल के भगत कबीर कहंदे ने कि जिस तुसी आखो गोबर लेपा करिए, झाड़ू बुहारी देइए ते जगह पवित्र हो जांदी, उपर गंगा जली छिड़की है, ता आप कहंदे ने गोबर झूठा, चौका झूठा, झूठी दीनी कारा, कहो कबीर ते ही नर सूचे, साची परी विचारा। ओही सुचे ने, ओही पवित्र ने, जिन्हों के कोल सच दी विचार है, जो सच नू सोचते ने, सच नू बोलते ने, सच नू सुनते ने, सच नू वेखते ने, सच नाल जुड़ते ने, बस ओही सुचे ने, ओही पावन ने, ओही महान ने। तो साहब इत्थे कहिंदे ने कूड़ मियां कूड़ बीबी खप होए खार। ए बीवी दा बीवी होना ते मियां दा मियां होना, पुरुष दा पुरुष होना, नारी दा नारी होना, और ए रिश्ते पति पत्नी दे, साहब कहिंदे ने झूठे ने, एवें खप के खुआर होंदे ने, आखिर खुआर ही होंदे ने। और इन्हां रिश्तियां दे अज तक बंदे नूं सिवाय खुआरी ते होर लभिया ही की है। तो साहब कहिंदे ने कूड़ मियां कूड़ बीबी खप होए खार, कूड़ कूड़े नेहो लगा विसरिया करतार। झूठे दा झूठे नाल ही प्यार बजिया, इस झूठे नूं झूठ ही चंगा लग्या, इस कूड़े नूं कूड़ ही चंगा लग्या, ते भुल गया ओ करतार जो सच है, जो सदीवी है, जो हमेशा है। कहिंदे ने सजाती मेल हुंदा है, कूड़ दा कूड़ नाल ही जा मेल हुंदा है, सच दा सच नाल ही जाल मेल हुंदा है। तो महाराज कहिंदे ने कूड़ कूड़े नेहो लगा, इस कूड़े दा कूड़े नाल ही नेहो जाके लग्या। ए कूड़ा कूड़े नाल ही जाके जुड़िया, ते विसरिया करतार, भुल गया सच, भुल गया करतार नूं, किस नाल कीचे दोस्ती, सब जग चलनहार। सारा जगत चलायमान है, किस नाल दोस्ती करेगा, किस नाल रिश्ता जो है जोड़ेगा। सब कुछ ते जा रहा है, ते जे सब कुछ जा रहा है तो तेरी दोस्ती भी जाएगी, तेरी मित्रता भी जाएगी। कूड़ मिठा कूड़ माख्यो, कूड़ डोबे पूर। पर कूड़ ते जीवां नूं शहद दी तरह लगदा है, इते महान मिठा करके लगदा है। इस वास्ते इस कूड़ दी मिठास दे च पूरा दे पूर डुब गए, पूरा दे पूर गर्क हो गए। एक दो नहीं, पूरा दे पूर गर्क हो गए, कुटंब दे कुटंब गर्क हो गए। संसार दे सारे जीव इस कूड़ दी शहद दे च फस के रह गए, डुब के रह गए। नानक बखाने बेनती तुद बाज कूड़ों कूड़। सतगुरु देव जी महाराज प्रमाण करते हैं, हे प्रभु मेरी ये बेनती है, मेरी ये जोदड़ी है कि तेथों बिना सब झूठ है, तेथों बिना सब कूड़ है, तू ही सच है। और जो तेरे मार्ग ते चले वही सच्यार होए, जो तेरे नाल जुड़े वही सच्यार होए, जो संसार नाल जुड़े वो ते कुड़ियार हो गए। जितना कोई संसारी उतना कुड़ियार है, और जितना कोई करतारी है उतना ही सच्यार है। ईश्वर नाल जुड़ना दरअसल सच होना है, संसार नाल जुड़ना कूड़ होना है, ते कूड़ दा भी अपना प्रभाव है। चूंकि ए कूड़ उस सच दी छाया है,
ਤੋ ਸੱਚ ਮਹਾਨ ਹੈ, ਉਹਦੀ ਛਾਇਆ ਵੀ ਆਪਣਾ ਪ੍ਰਭਾਵ ਪਾਉਂਦੀ ਹੈ, ਉਹਦੀ ਛਾਇਆ ਦੇ ਵੀ ਆਪਣੀ ਸ਼ਕਤੀ ਹੈ। ਮਹਾਮਾਈ ਤਾਂ ਕੀ ਹੈ ਛਾਇਆ, ਇਸ ਛਾਇਆ ਤੋਂ ਉੱਚੇ ਉੱਠ ਕੇ ਜੋ ਉਸ ਪ੍ਰਭੂ ਨਾਲ ਜੁੜਦਾ ਹੈ ਉਹੀ ਮਹਾਨ ਹੈ। Thank you.